ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਵੀ ਦਾਸ ਨੇ ਇੱਕ ਵੀਡੀਓ ਪਾਈ ਸੀ ਕੱਲ ਵੀ ਦਾਸ ਨੇ ਇੱਕ ਵੀਡੀਓ ਪਾਈ ਸੀ ਸਾత్సੰਗ ਜਿਹੜਾ ਸਾਡਾ ਮੇਨ ਮਕਸਦ ਲਾਈਫ ਦਾ ਹੈ ਉਹ ਸਿਰਫ ਨਾਮ ਚਪਲਣ ਦਾ ਹੀ ਸੀ ਪਰ ਅਸੀਂ ਦੁਨੀਆਵੀ ਜੀਵ ਹੋਣ ਕਰਕੇ ਅਸੀਂ ਧੰਦੇ ਤਾਰਾਂ ਵਿੱਚ ਫਸ ਜਾਂਦੇ ਆ ਤੇ ਬਾਅਦ ਚ ਫਿਰ ਔਖੇ ਹੋਨੇ ਆ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਰਾਮ ਵਾਲੇ ਗੱਲ ਹੋ ਜਾਂਦੀ ਹੈ ਚਲੋ ਦੁੱਲੇ ਮੇਰਿਆਂ ਦਾ ਕੁਝ ਨਹੀਂ ਵਿਗੜਿਆ ਜੋ ਤੱਕ ਕਹਿੰਦੇ ਸੋਚੀ ਨਾ ਆਵੇ ਉਹਨਾਂ ਤੱਕ ਬੰਦਾ ਸਮਝਦਾ ਨਹੀਂ ਸੋਚੀ ਕਿਵੇਂ ਆਉਂਦੀ ਹੈ ਠੋਕਰਾਂ ਖਾ ਕੇ ਸਿਕੋ ਬਰੋਣਾ ਚਾਹੀਦਾ ਜੋ ਲਾਈਫ ਦੇ ਵਿੱਚ ਪ੍ਰਮਾਤਮਾ ਨੇ ਲਿਖਿਆ ਉਹ ਹੋ ਕੇ ਰਹਿਣਾ ਲਿਖਿਆ ਮਿਟਣਾ ਹੈ ਸਕੇ ਜੋ ਲਿਖਿਆ ਕਰਤਾ ਜਿਉਂ-ਜਿਉ ਤੇਰਾ ਹੁਕਮ ਤੇ ਵੈਤ ਬਹੋਮਣਾ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਏ ਜਿਨ੍ਹਾਂ ਨੂੰ ਸਮਝ ਆ ਗਈ ਹੁਕਮ ਦੀ ਉਹ ਤਾਂ ਜੁੜ ਜਾਂਦੇ ਆ ਨਹੀਂ ਤਾਂ ਫਿਰ ਆ ਭਟਕਣਾ ਹੀ ਆ ਜ਼ਿੰਦਗੀ ਦੇ ਵਿੱਚ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੇ ਆਇਓ ਨਾਨਕ ਕੇ ਪ੍ਰਭ ਸਾਥ ਜੋ ਪ੍ਰਹਿਮੰਡ ਹੈ ਸੋਈ ਪਿੰਡ ਹੈ ਜੋ ਖੋਜ ਸੋ ਪਾਵੇ ਖੋਜਣਾ ਬਾਹਰ ਨਹੀਂ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੀ ਇਹੇ ਜੋ ਦੁਨੀਆ ਸਹਿਰ ਮੇਲਾ ਦਸਤਕਾਰੀ ਨਾ ਹੈ ਸੋਸੱਤੇ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾ ਹੈ ਕਈ ਵਰੀ ਮਨ ਦੇ ਵਿੱਚ ਆਉਂਦਾ ਹੈ ਕਿ ਜਦੋਂ ਕੋਈ ਬਹੁਤ ਪੁਜਿਆ ਹੋਈਆਂ ਸਖਸੀਅਤਾਂ ਜਿਹੜੀਆਂ ਨਾਮ ਦੇ ਬਾਰੇ ਗੱਲਬਾਤ ਕਰਦੀਆਂ ਭਾਈ ਪਿੰਦਰਪਾਲ ਸਿੰਘ ਗੋਣੀ ਭਈਆ ਕੋਰੀਕਵਾਲ ਸਿੰਘ ਗੋਣੀ ਜਾਂ ਪਹਿਲਾਂ ਜਿਹੜੇ ਮਹਾਪੁਰਸ਼ ਸੀਗੇ ਸੰਤ ਪਾਪਾ ਆਇਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਜਾਂ ਹੋਰ ਵੀ ਜਿਹੜੇ ਸੰਤ ਮਹਾਪੁਰਸ਼ ਨੇ ਜਦੋਂ ਉਹਨਾਂ ਦੀ ਸੰਗਤ ਕਿਤੇ ਕਰਨ ਦਾ ਮੌਕਾ ਮਿਲਿਆ ਸੀ ਤਾਂ ਉਹਨਾਂ ਨੇ ਹਮੇਸ਼ਾ ਹੀ ਇਹਦੇ ਤੇ ਜ਼ੋਰ ਦਿੱਤਾ ਕਿ ਭਾਈ ਨਾਮ ਜਪੋ ਨਾਮ ਜਪੋ ਨਾਮ ਜਪੋ ਜਦੋਂ ਤੱਕ ਅੰਤਰਾਤਮੇ ਵਾਲੀ ਗੱਲ ਹੈ ਸਮਝ ਨਹੀਂ ਆਉਂਦੀ ਬੰਦਾ ਲੱਗਦਾ ਨਹੀਂ ਹੈ ਗਾਇਜ਼ ਇਸ ਪਾਸੇ ਲੱਗਦਾ ਉਦੋਂ ਹੈ ਜਦੋਂ ਦੀ ਕਿਰਪਾ ਹੁੰਦੀ ਹੈ ਫਿਰ ਮਨ ਨਹੀਂ ਵਸ ਚਾਉਂਦਾ ਮਨ ਵਸਿਆ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਵੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਹਾਰੰਗਮਾਨ ਗੁਰੂ ਦੀ ਮੱਤ ਲੈਣੀ ਹੈ ਗੁਰ ਕੀ ਮਤ ਤੋਂ ਲੇ ਯਾਨੇ ਅਕਤਿ ਬਿਨਾ ਬਾਟੂ ਪੇ ਸਿਆਨੇ ਕੁੰਬੇ ਦਾ ਜਲ ਹੈ ਜਲ ਬਿਨ ਕੁੰਬ ਨਾ ਹੋਏ ਗਿਆਨ ਕਰਾਤਾ ਮਨ ਰਹਾ ਗੁਰ ਬਿਨ ਗਿਆਨ ਨਾ ਹੋਏ ਜੇ ਤੋ ਗਿਆਨ ਹੋ ਜਾਣਾ ਫੇ ਸਾਰਾ ਕੁਛ ਪ੍ਰਾਪਤ ਮਹਾਰਾਜ ਆਪ ਦੇ ਦਿੰਦੇ ਹਨ ਪਰ ਹਾਂ ਉਥੇ ਇੱਕ ਹੋਰ ਵੀ ਗੱਲ ਹੈ ਅਮਨ ਆਵੇ ਨਾਲ ਵਿਰੋਧ ਹੈ ਦੋਏ ਨ ਵਸੈ ਕਿਠਾਏ ਜਿਹੜਾ ਹੰਕਾਰ ਹੋ ਜਾਂਦਾ ਕਈ ਵੇਰੇ ਸੂਖਸ਼ਮ ਬਾਹਰਲਾ ਹੰਕਾਰ ਤਾਂ ਚਲੋ ਉਨੀ ਦੇਰ ਹੈਗਾ ਜਦੋਂ ਕੋ ਪ੍ਰਾਪਰਟੀ ਹੈਗੀ ਐ ਕਾਰਾਂ ਕੋਠੀਆਂ ਕਾਰੋਬਾਰ ਸਾਰਾ ਕੁਝ ਹੈਗਾ ਜਦੋਂ ਇਹ ਤਬਾਹ ਹੋ ਜਾਂਦਾ ਖਤਮ ਹੋ ਜਾਂਦਾ ਫਿਰ ਉਹਨ ਘਰ ਮਰ ਜਾਂਦਾ ਬਾਹਰਲਾ ਹੰਕਾਰ ਤਾਂ ਛੇਤੀ ਮਰ ਜਾਂਦਾ ਜਿਹੜਾ ਗਿਆਨ ਦਾ ਹੰਕਾਰ ਹੈ ਇਹ ਵੈ ਹੀ ਬੜਾ ਹੈ ਮੈਂ ਹੀ ਪੰਡਤ ਹਾਂ ਮੈਨੂੰ ਇਹ ਸਾਰਾ ਕੁਝ ਪਤਾ ਹੈ ਉਹ ਫਿਰ ਅੰਦਰ ਸੂਖਸ਼ਮ ਉਹ ਮੈਂ ਜਿਹੜੀ ਹੈ ਇਹਦਾ ਮਾਰਨਾ ਬੜਾ ਔਖਾ ਹੈ ਇਹ ਮਰਦੀ ਨਹੀਂ ਇਹ ਤੋਂ ਚੇਤੇ ਵਿਚਾਰਾਂ ਨੂੰ ਸੁਣ ਕੇ ਜੈਲਸੀ ਪੈਦਾ ਹੋ ਜਾਂਦੀ ਅੰਦਰ ਈਰਖਾ ਪੈਦਾ ਹੁੰਦੀ ਹੈ ਇਹ ਨਾ ਸਮਝੋ ਇੱਕ ਕਥਾਕਾਰਾਂ ਦੇ ਵਿੱਚ ਈਰਖਾ ਨਹੀਂ ਹੁੰਦੀ ਕੀਰਤਨੀ ਜਥਿਆਂ ਵਿੱਚ ਈਰਖਾ ਨਹੀਂ ਹੁੰਦੀ ਜਾ ਪੋਲਿਟਿਸ਼ੀਅਨ ਦੇ ਵਿੱਚ ਈਰਖਾ ਨਹੀਂ ਹਰ ਕਿਸੇ ਦੇ ਅੰਦਰ ਹੀ ਇਸ ਕਾ ਹੈ ਪਰ ਹਮ ਬਚਦਾ ਹੋਇਆ ਜੀਤੇ ਕਿਰਪਾ ਹੁੰਦੀ ਹੈ ਜਿਹਨੂੰ ਸੋਝੀ ਆ ਜਾਂਦੀ ਹੈ ਸਭਨਾਂ ਦੇ ਅੰਦਰ ਉਹੀ ਪਰਮਾਤਮਾ ਹੀ ਵਸ ਪਰਤਾ ਰਿਹਾ ਪਰਤਾ ਇਸ ਕੋ ਸਿਮਰੋ ਨਾਨਕਾ ਜੋ ਜਲ ਥਲ ਰਿਆ ਸਮਾਏ ਦੂਜਾ ਕਾਹੇ ਸਿਮਰਿਐ ਜੋ ਜੰਮੇ ਤੇ ਮਰ ਜਾਏ ਉਹਦੀ ਆराधना ਵੀ ਕੀ ਕਰਨੀ ਜਿਹਨੇ ਜੰਮਣਾ ਤੇ ਮਰਨਾ ਕਾ ਕ ਵੀਰੇ RAM ਕੀ ਅੰਸ ਸਾਨੂੰ ਸਮਝੇ ਨਹੀਂ ਆਉਂਦੀ ਓਡਾਰੀ ਸਾਡੀ ਉੱਚੀ ਸੀ ਪਰ ਅਸੀਂ ਗਲਤਾਨ ਹੋ ਗਏ ਛੋਟੀਆਂ ਗੱਲਾਂ 'ਚ ਇਰਖਾ ਮਾ ਠੱਗੀਆਂ ਚ ਚੋਰੀਆਂ ਜਾ ਰੀਆਂ ਪਤਾ ਨਹੀਂ ਕਿੰਨਾ ਕੁ ਸੋਨਾ ਬਚਦਾ ਕੌਣ ਹੈ ਜੀਤੇ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਹੁੰਦੀ ਹੈ ਨਹੀਂ ਤਾਂ ਇੰਨਾ ਵੱਡਾ ਕਲਯੁਗ ਦਾ ਫੇਰ ਪਿਆ ਹੋਇਆ ਹੁਣ ਮੈਂ ਆਪਣੇ ਤੁਹਾਨੂੰ ਉਹਦਾ ਧਾਰਨ ਦੇ ਦਿੰਨੇ ਜਿੱਦਾਂ ਦਾ ਇੱਥੇ ਅਮਰੀਕਾ ਦੁਆਰਾ ਸੈਟਲ ਹੋਏ ਆ ਲਾਈਫ ਉਸ ਤੋਂ ਬਾਅਦ ਮੰਦੇ ਅੰਦਰ ਕਈ ਵਿਚਾਰ ਚੱਲੇ ਕਿ ਹਾਂ ਉੱਥੇ ਸੀਗਾ ਕੋਈ ਇਨਕਮ ਨਹੀਂ ਸੀ ਤੇ ਕੋਈ ਦੇਣਦਾਰੀ ਦਾ ਚੱਕਰ ਨਹੀਂ ਸੀਗਾ ਜੋ ਚੱਲਦਾ ਸੀ ਬੜੇ ਆਈ ਚਲਾਈ ਚਲੇ ਸੋਹਣੀ ਚਲੀ ਜਾਂਦੀ ਸੀ ਇੱਥੇ ਆ ਕੇ ਉਹੀ ਫੇਰ 99 ਦੇ ਚੱਕਰਾਂ 'ਚ ਪੈ ਗਏ ਪਰ ਚੰਗੇ ਵੀ ਗੱਲ ਹੈ ਤੁਸੀਂ ਮਿਹਨਤ ਕਰ ਰਹੇ ਹੋ ਉਬਰਾਂ ਚਲਾਓ ਚਾਹੇ ਦਫਤਰਾਂ ਦੇ ਕੰਮ ਕਰੋ ਸਟੇਰ ਵੀ ਠੀਕ ਰਹਿੰਦਾ ਮਾਇਨਰ ਗੁਜਰਾਨ ਵੀ ਸੋਨਾ ਹੋ ਜਾਂਦਾ ਪਰ ਜੜਾ ਨਾਮ ਸਿਮਰਨ ਦਾ ਆਨੰਦ ਉਸ ਵੇਲੇ ਮੈਨੂੰ ਆਇਆ ਸਾਈਕਲਿੰਗ ਕਰਕੇ ਇੰਡੀਆ ਜਦੋਂ ਦਾਸ ਕਿਸਾਨਾਂ ਦੇ ਵਾਸਤੇ ਚੱਲਿਆ ਸੀਗਾ ਪੰਜਾਬ ਤੋਂ ਵਾਇਆ ਪੋਂਬੇ ਹੋ ਕੇ ਕਰਨੇ ਘਮਰੀ ਪੌਂਚਾਸੀ ਆ ਫਾਇ ਬੰਗਲੌਰ ਉਹ ਤੋਂ ਜਦੋਂ ਪੈਡਲਿੰਗ ਕਿਤੇ ਕਰਨੀ ਪੈਂਦੀ ਸੀ ਨਾ 1.5 150 ਕਿਲੋਮੀਟਰ ਰੋਜ਼ ਦੀ ਤੇ ਉਹ ਫਿਰ ਆਨੰਦ ਵੱਖਰੇ ਸੀ ਪਤਾ ਨਹੀਂ ਕਿਹੜੀ ਤਾਕਤ ਆ ਕੇ ਮਤਲਬ ਇਹ ਨਹੀਂ ਸ਼ਕਤੀ ਦਿੰਦੀ ਸੀ ਕਿ 150 ਕਿਲੋਮੀਟਰ ਦਾ ਤਕਰੀਬੀ ਟਿੱਚਾ ਹੁੰਦਾ ਸੀ ਰੋਜ਼ ਦਾ 120 ਕਿਲੋਮੀਟਰ ਹੋਗੇ ਤਾਂ ਵੀ ਚਲੋ 120 ਤੋਂ 150 ਦੇ ਵਿੱਚ ਵਿੱਚ ਕਿਲੋਮੀਟਰ ਕਰਨੇ ਹੁੰਦੇ ਸਾਈਕਲ ਤੇ ਸਰੀਰ ਵੀ ਸੌਸ ਰਹਿਣਾ ਸੀ ਤੇ ਖਾਣਾ ਵੀ ਬੜਾ ਘੱਟ ਤੇ ਕੋਈ ਵੱਡੇ ਹੋਟਲਾਂ ਚ ਨਹੀਂ ਰਹਿਣਾ ਜੋ ਟਾਪਾ ਮਿਲ ਗਿਆ ਉੱਥੇ ਰਹਿ ਜਾਣਾ ਜੋ ਵੀ ਰਸਤੇ ਦੇ ਵਿੱਚ ਮੰਦਰ ਮਿਲੇ ਉੱਥੇ ਰਹਿ ਜਾਣਾ ਗੁਰਦੁਆਰਾ ਸਾਹਿਬ ਆ ਗਿਆ ਉੱਥੇ ਰਹਿ ਜਾਣਾ ਇੱਕ ਵਾਰ ਤਾਂ ਮਸੀਤ ਵਿੱਚ ਹੀ ਰਹਿਣਾ ਪਿਆ ਸਾਧ ਸੰਗ ਜਿਹੜਾ ਆਨੰਦ ਉਹ ਸੀ ਨਾ ਹੁਣ ਇੱਥੇ ਰੇਂਜਰ ਆਵਰਾਂ ਵੀ ਹੋਣਗੀਆਂ BMW ਵੀ ਦੇਖ ਲਈਆਂ ਜੈਗੂਅਰ ਵੀ ਚਲਾ ਕੇ ਦੇਖ ਲਈਆਂ ਸਾਰਾ ਕੁਝ ਦੇਖ ਲਿਆ ਪਰ ਨਹੀਂ ਜੇ ਉਹ ਉਹ ਚੀਜ਼ ਹੈ ਨਾ ਉਹ ਨਾਮ ਸੇ ਬਣਾ ਨਾਲ-ਨਾਲ ਪੈਡਲ ਵੱਜਣਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਅਨੁਪਮ ਹੁੰਦਾ ਸੀ ਕਿ ਪ੍ਰਮਾਤਮਾ ਨਾਲ ਹੀ ਹੈ ਪੁੱਛਦੇ ਸੀ ਮੈਨੂੰ ਕਿ ਵੀ ਤੁਸੀਂ ਇਦਾਂ ਜਿਹੜੀ ਸਾਈਕਲਿੰਗ ਕਰ ਰਹੇ ਆ ਇਹਦੇ ਪਿੱਛੇ ਮਨੋਰਥ ਕੀ ਹੈ ਕਾਰਨ ਕੀ ਹੈ ਸੀਆਈਡੀ ਵਾਲੇ ਪੁੱਛਦੇ ਸੀ ਦੂਜੇ ਬੰਦੇ ਪੁੱਛਦੇ ਸੀ ਕਾਰਨ ਇੱਕੋ ਹੀ ਸੀ ਸਭ ਨੂੰ ਪਤਾ ਸੀ ਕਾਦੇ ਵਾਸਤੇ ਗਏ ਸੀ ਕਿਸਾਨਾਂ ਵਾਸਤੇ ਤੇ ਭਾਵੇਂ ਜੋ ਮਰਜ਼ੀ ਬਣਿਆ ਉਹਨਾਂ ਨੇ ਕੀ ਕੁਛ ਕੀਤਾ ਇਲੈਕਸ਼ਨ ਲੜੀਆਂ ਜੋ ਵੀ ਹੈਗੀਆਂ ਅਸੀਂ ਆਪਣੇ ਵੱਲੋਂ ਪੂਰੀ ਕੁਰਬਾਨੀ ਕਰਨ ਦੀ ਕੋਸ਼ਿਸ਼ ਕੀਤੀ ਵੀ ਹਾਂ ਭਈ ਇਹਨਾਂ ਵਾਸਤੇ ਖੜੀ ਹੈ ਜੋ ਹੋਰ ਉਹ ਦੂਜਾ ਵਿਸ਼ਾ ਆਪਾਂ ਨਹੀਂ ਟੈਕਸ ਕਰਨਾ ਜਿਹੜੇ ਆਪਾਂ ਜਿਹੜੇ ਵਾਸਤੇ ਸ਼ੁਰੂ ਕੀਤਾ ਸੀਗਾ ਨਾਮ ਸਿਮਰਨ ਦੀ ਗੱਲ ਸਕੂਨ ਦੀ ਗੱਲ ਹੈ ਪ੍ਰਮਾਤਮਾ ਨੂੰ ਮਿਲਣ ਦੀ ਗੱਲ ਉਹ ਇੱਦਾਂ ਹੀ ਮਿਲਦਾ ਗ੍ਰੀਪੀ ਭੋਲੇ ਭਾਏ ਮਿਲੇ ਰਗੁਰਾਇਆ ਪਰ ਅਸੀਂ ਸਮਝ ਲਿਆ ਲੋਕ ਜਾਣ ਇਹ ਜੀਤ ਹੈ ਇਹ ਤੋਂ ਬ੍ਰह्म ਵਿਚਾਰ ਜੇ ਉਹ ਕਾਸੇ ਉਪਦੇਸ਼ ਹੋਏ ਮਨ ਸਬਰ ਸਮਰਤੀ ਬਾਹਰ ਅਸੀਂ ਉਹ ਝੁਲ ਜਗੇ ਕਿੰਨੇ ਪਾਠ ਕਰਨੇ ਚਾਹੀਦੇ ਕਿੰਨੀਆਂ ਮਾਲਾ ਜਪਣੀਆਂ ਚਾਹੀਦੀਆਂ ਉਹ ਮਹਾਰਾਜ ਇੱਕ ਚਿੱਤ ਦੇ ਇੱਕ ਸੰਤ ਐਯੋਕਾਲ ਫਾਸ ਕੇ ਵਿੱਚ ਨਾ ਆਇਓ ਪਰ ਉਹ ਚਿੱਤ ਬਣਾਉਣਾ ਬੜਾ ਔਖਾ ਜਦੋਂ ਜੁੜ ਗਿਆ ਫਿਰ ਪਤਾ ਨਹੀਂ ਇੱਕ ਸਵਾਸ ਦੇ ਨਾਲ ਕਿੰਨੇ ਇੱਕ ਵਾਰੀ ਉਹਨਾਂ ਨੇ ਕਹਿ ਦਿੰਨਾ ਵੀ ਇਹ ਤੇਰਾ ਮੰਨਿਆ ਗਿਆ ਇੱਕ ਸਵਾਸ ਦੇ ਅੰਦਰ ਇਹ ਸਾਰਾ ਕੁਝ ਹੋ ਜਾਂਦਾ ਇੱਕ ਖੇਨ ਪਾਲ ਬਿਸੜੈ ਤੂੰ ਸੁਆਮੀ ਜਾਣੋ ਬਰਸ 50 ਫਿਰ ਇਦਾਂ ਦਾ ਲੱਗਣ ਲਾਇਆ ਜਾਂਦਾ ਵੀ ਇੱਕ ਖਿੰਬੀ ਜੋਤੀ ਜਾਦ ਵਿੱਚੋਂ ਚਲੇ ਗਈ ਨਾ ਵੀ 50 ਬਰਸ ਸਾਲ ਵੀ ਜਰ ਗੁਜ਼ਰ ਗਏ ਇਹ ਅਵਸਥਾ ਮੇਰੇ ਵਰਗੇ ਬੰਦਿਆਂ ਤੇ ਨਹੀਂ ਆਉਂਦੀ ਆਉਂਦੀ ਹੋਊਗੀ ਪਰ ਮੈਂ ਐਕਸਪਲੇਨ ਨਹੀਂ ਕਰ ਸਕਦਾ ਹਾਂ ਜਿਹੜੇ ਬੰਦਿਆਂ ਤੇ ਆਈ ਹੈ ਜਿਹੜੇ ਇਨਸਾਨਾਂ ਤੇ ਗੁਰੂ ਦੀਆਂ ਪਿਆਰੀਆਂ ਰੂਹਾਂ ਤੇ ਆਈ ਹੈ ਜਾਂ ਆ ਰਹੀ ਹੈ ਜਾਂ ਹੈਗੀ ਹੈ ਉਹ ਚੁੱਪੇ ਕਰ ਜਾਂਦੇ ਆ ਉਹ ਬੜਬੋਲੇ ਨਹੀਂ ਬਣਦੇ ਮੇਰੇ ਵਾਂਗੂ ਇੰਟਰਵਰਡ ਇੰਟਰਵਰਡ ਜਿਹੜਾ ਸ਼ਬਦ ਹੈ ਅੰਤਰਮੁਖੀ ਹੋਣਾ ਇਹ بڑے ਭਾਗਾਂ ਵਾਲੀਆਂ ਰੂਹਾਂ ਹੁੰਦੀਆਂ ਉਹ ਜੁੜ ਜਾਂਦੀਆਂ ਹੋਂ ਨਜ਼ਿਕ ਖੁਦਾਏ ਦੇ ਭੇਤ ਨਾ ਕਿਸੇ ਦੇਣਾ ਸਾਡੀ ਡਿਊਟੀ ਲਈ ਹੈ ਮਹਾਰਾਜ ਨੇ ਵੀ ਹੋਰ ਪਸੇ ਤਾਂ ਜਾ ਨਹੀਂ ਸਕਦੇ ਸੀ ਸਿੱਖੀ ਨਾਲ ਹੀ ਹੈ ਪ੍ਰੇਮ ਸਿੱਖਾਂ ਦੇ ਘਰ ਜਾਣਾ ਮਿਲਿਆ ਸੋ ਆਡੀਓ ਗੁਰਬਾਣੀ ਦੇ ਨਾਮ ਤੇ ਜਿਹੜਾ ਪਾਠ ਹਰ ਰੋਜ਼ ਮਹਾਰਾਜ ਕਰਾਉਂਦੇ ਆ ਇਹ ਸਮਝ ਲੋ ਵੀ ਇਹ ਸਮਝਾਉਣਾ ਮੈਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਮੈਨੂੰ ਆਪਣਾ ਹੀ ਖੁਦ ਇਹ ਕੰਮ ਕਰਾਇਆ ਵੀ ਤੂੰ ਭਾਈ ਆਪ ਸਮਝਾ ਹੁਣਾਂ ਕਈ ਦਿਨਾਂ ਤੋਂ ਵੀਡੀਓ ਲਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਰਾਤ ਵੀ ਕੁਝ ਸਮਾਂ ਅਸੀਂ ਲਾਈਵ ਕੀਤਾ ਸੀਗਾ ਪਰ ਨਿਹਰਾਉਣ ਕਰਕੇ ਜਾਣ ਕੇ ਤੇ ਚਿਹਰੇ ਤੋਂ ਮਤਲਬ ਥੋੜੀ ਨਫਰਤ ਹੀ ਆਵੇ ਉਹ ਗੱਲ ਬਣਦੀ ਨਹੀਂ ਹੈਗੇ ਚਿਹਰਾ ਦੇਖ ਕੇ ਸਾਹਮਣੇ ਤੇ ਜਿਹੜੀ ਆਡੀਓ ਤੁਸੀਂ ਚੰਗੀ ਤਰ੍ਹਾਂ ਬੋਲ ਸਕਦੇ ਆ ਜੇ ਉਸ ਵਾਸਤੇ ਸਾਹਮਣੇ ਚਿਹਰਾ ਲੈ ਕੇ ਆਉਣੇ ਆ ਉਹ ਤਾਂ ਆਪਣੇ ਆਪ ਨੂੰ ਫੇਲ ਹੁੰਦਾ ਪਤਾ ਨਹੀਂ ਕਿਦਾਂ ਦਾ ਲੱਗੂਗਾ ਕਿਦਾਂ ਦਾ ਲੱਗੂਗਾ ਪਰ ਹੈ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਜਦੋਂ ਜਿਹਨਾਂ ਦਾ ਝਾਕਾ ਖੁੱਲ ਜਾਂਦਾ ਉਹ ਚਿਹਰੇ ਨਾਲ ਆਉਂਦੇ ਆ ਤਾਂ ਅੱਜ ਮੈਂ ਥੋੜਾ ਜਿਹਾ ਕੋਸ਼ਿਸ਼ ਕੀਤੀ ਹੈ ਐਜ਼ ਇਟ ਇਜ਼ ਮਤਲਬ ਬਹੁਤਾਂ ਉੱਗੇ ਕੱਪੜੇ ਨਹੀਂ ਪਏ ਆ ਨਾਰਮਲ ਹੀ ਆ ਹੁਣ ਰਾਤ ਸਾਰ ਸਾਡੇ ਕੋਲ ਟਾਈਮ ਬਹੁਤ ਜ਼ਿਆਦਾ ਹੋ ਗਿਆ ਮੈਨੂੰ ਅਕਸਰ ਅਸੇ ਰੱਖਣਾ ਗੁਰਬਾਣੀ ਸੁਣਨੀ ਵੀ ਹੈ ਪੜ੍ਹਨੀ ਵੀ ਹੈ ਵਿਚਾਰਨੀ ਵੀ ਹੈ ਉੱਥੇ ਚੱਲਣ ਦਾ ਕੋਸ਼ਿਸ਼ ਵੀ ਕਰਨੀ ਹੈ ਅਸੀਂ ਪਰਫੈਕਟ ਨਹੀਂ ਬਣਨਾ ਵੀ ਪਰਫੈਕਟ ਹੋ ਗਈ ਜਨਾ ਜੋ ਗੁਰੂ ਹੈ ਅਕਾਲ ਪੁਰਖਾ ਭੋਲਾ ਜਿਹੜਾ ਕੋਈ ਭੁੱਲ ਨਹੀਂ ਕਰਦਾ ਉਹ ਅਕਾਲ ਪੁਰਖ ਤੇ ਗੁਰੂ ਹੀ ਹੈ ਉਹਦੇ ਰਿਆਚ ਰਹਿਣਾ ਉਹਦੇ ਅਗੇ ਬੇਨਤੀਆਂ ਕਰਨੀਆਂ ਜਿਹਨੇ ਬੇਨਤੀ ਕਰਨੀ ਸਿੱਖ ਲਈ ਉਹ ਜਿਹਨੇ ਉਸਾਸ ਕਰਾਸ ਸਿਮਣ ਦਾ ਆ ਗਿਆ ਅਭਿਆਸ ਉਹ ਫਿਰ ਬੇਨਤੀ ਕਰਦਾ ਨਹੀਂ ਬੇਨਤੀ ਹੋ ਜਾਂਦੀ ਹੈ ਹੁਣ ਸਮਝ ਲਓਗੇ ਆਪਾਂ ਹੁਣ ਦਾਸ ਤੁਹਾਡੇ ਨਾਲ ਗੱਲ ਕਰ ਰਿਹਾ ਅੱਖਾਂ ਮਿਚ ਕੇ ਤੇ ਥੋੜਾ ਜਿਹਾ ਦੇਖਦੇ ਆਪਾਂ ਅਭਿਆਸ ਕਰਕੇ ਆਪਾਂ ਕਿਵੇਂ ਕਰਨਾ ਹੈ ਕੁਝ ਸਮਾਂ ਪਹਿਲਾਂ ਜਦੋਂ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਦਾਸ ਲੰਘ ਰਿਹਾ ਸੀ ਤੰਗੁਰ ਦਵਰਾ ਸਾਹਿਬ ਫਰੀ ਮਾਉਂਡ ਦੇ ਵਿੱਚ ਮੱਥਾ ਟੇਕਣ ਗਿਆ ਤਾਂ ਅੱਗੇ ਸ਼ਬਦ ਆਇਆ ਸ੍ਰੀ ਖੰਡ ਪੜ ਸਾਹਿਬ ਦੇ ਵਿੱਚੋਂ ਚੱਲ ਰਿਆ ਸੀ ਕਬੀਰ ਸਾਹਿਬ ਦਾ ਸ਼ਬਦ ਸੀਗਾ ਕਹੋ ਕਬੀਰ ਅਖਰ ਦੋਏ ਭਾਖ ਹੋਏਗਾ ਖਸਮ ਤਾ ਲਏਗਾ ਰਾਖ ਨਾਮ ਦਾ ਵਿਆਸ ਹੈ ਨਹੀਂ ਸੀਗਾ ਪਰ ਚੌਪਈ ਸਾਹਿਬ ਚੱਲਦੀ ਹੁੰਦੀ ਸੀਗੀ ਤੇ ਉਹ ਸ਼ਬਦ ਜਿਹੜਾ ਸੀਗਾ ਉਹ ਇੱਕਦਮ ਅੰਦਰ ਰਟਨ ਹੋ ਗਿਆ। ਕੋਹ ਕਬੀਰ ਅਖਰ ਦੋਏ ਭਾਕ ਹੋਏਗਾ ਕਸਮ ਤੱਲੇਗਾ ਹਰਾਖ। ਇੰਨਾ ਦ੍ਰਿੜ ਨਿਸ਼ਾ ਬਣ ਗਿਆ ਇੰਨਾ ਦ੍ਰਿੜ ਨਿਸ਼ਾ ਬਣ ਗਿਆ। ਤੇ ਜਿਹੜੀ ਮੁਸ਼ਕਲ ਦੇ ਵਿੱਚੋਂ ਇੱਕ ਆਮ ਬੰਦਾ ਮੇਰੇ ਵਰਗਾ ਨਿਕਲਦਾ ਇੱਕ ਪਾਸੇ ਐ ਸੋਚ ਵੀ ਨਹੀਂ ਸਕਦਾ। ਕੋ ਕਾਲ ਪਰਖ ਵਾਹਿਰ ਦਾ ਧੰਨਵਾਦ ਹੈ। ਕੋਟਾ ਨੂੰ ਕੋਟ ਸ਼ੁਕਰ। ਚੇਦਾਂ ਸਿੰਘ ਦਾ ਧੰਨਵਾਦ ਹੈ। ਇੱਥੇ ਮੈਂ ਇੱਕ ਤੁਹਾਨੂੰ ਆਪ ਜੀ ਨਾਲ ਇੱਕ ਹੋਰ ਸਾਂਝੀ ਕਰਨਾ ਚਾਹੁੰਨਾ ਵਿਚਾਰ। ਅੱਜ ਕੱਲ ਜਿਹੜਾ ਚਪੈਰੇ ਸਾਹਿਬ ਦੇ ਉੱਤੇ ਵੀ ਗੱਲਾਂ ਹੋਣੀਆਂ। ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਚਪੈਰੇ ਲੱਗਦੇ ਆ। ਇਹ ਸਾਧ ਸੰਗਤ ਜਿਨ੍ਹਾਂ ਮੈਨੂੰ ਚਪੈਰੇ ਦਾ ਤਾਂ ਪਤਾ ਨਹੀਂ ਸੀਗਾ ਵੀ ਕੀ ਹੁੰਦਾ। ਉਸ ਤੋਂ ਪਹਿਲਾਂ ਦੀ ਗੱਲ ਹੈ 1987 ਦੀ ਗੱਲ ਹੈ। ਉਹਨਾਂ ਤੋਂ ਬਾਬਾ ਜੀ ਨੇ ਕਿਰਪਾ ਕੀਤੀ ਸੀ ਕੋਸਤੇਰਾ ਪਿਆਸ ਘਟਾ ਜਿਵੇਂ ਕਹਿਣ ਦੇ ਮੁਤਾਬਕ ਕਿਸੇ ਸਿੰਘ ਨੇ ਕਿਹਾ ਸੀਗਾ ਗੋਬਿੰਦਪੁਰ ਦਾ ਸਿੰਘ ਸੀਗੇ ਪਇਚਾਰਨਜੀਤ ਸਿੰਘ ਜੀ ਸੈਦਨ ਉਹਦਾ ਨਾਮ ਤਲਵੰਡੀ ਦੇ ਕੋਲ ਲੁਧਿਆਣੇ ਦੇ ਵਿੱਚ ਉਹਨਾਂ ਤੋਂ ਇੱਕ ਸਹਿਜੋ ਆਭਚਨ ਹੋ ਗਿਆ ਮੇਰੀ ਉਮਰ ਵੀ ਤਾਂ ਛੋਟੀ ਸੀ ਉਸ ਵੇਲੇ ਵਿਆਹ ਫਾਮੇ ਹੋ ਗਿਆ ਸੀਗਾ 18-19 ਸਾਲ ਦੀ ਉਮਰ ਸਾਰੀ ਇੱਕ ਦਿਨ ਬੈਠੇ ਬੈਠੇ ਉਹ ਗੁਰਦੁਆਰਾ ਸਾਹਿਬ ਤੇ ਸਾਡੇ ਆਏ ਹੋਏ ਸੀਗੇ ਜਿਵੇਂ ਸੰਗਤ ਬੈੰਦੀ ਹੈ ਮੈਂ ਵੀ ਕੋਲ ਜਾ ਕੇ ਬੈਠ ਗਿਆ ਚਿੱਟੇ ਕੱਪੜੇ ਪਾਉਂਦੇ ਸੀ ਨੀਲੀ ਦਸਤਾਰ ਜਿਸ ਨੂੰ ਜਾਂਦੇ ਸੀ ਬੜਾ ਰੋਪਦਾਰ ਚਿਹਰਾ ਚਿਹਰਾ ਸੀਗਾ ਤੇ ਮੈਨੂੰ ਪੁੱਛਣ ਲੱਗੇ ਭਾਈ ਸਾਹਿਬ ਕੀ ਕਰਦੇ ਹੁੰਨੇ ਆ ਮਾਹੀ ਫੈਕਟਰੀ ਚ ਜਾਂਦੇ ਆ ਉਸ ਵੇਲੇ ਮੈਂ ਇੱਕ ਪਰੈਕਸ ਫਾਰਮਾਸਟੀਕਲ ਨਾਂ ਦੀ ਕੰਪਨੀ ਸੀ ਉੱਥੇ ਸੀਗਾ ਮੈਂ ਪੀਏ ਲੱਗਿਆ ਸੀ ਉਹਦੇ ਐਮ ਡੀ ਦੇ ਸਾਜਗਦੀਪ ਸਿੰਘ ਹੁੰਦੇ ਸੀ ਗਰੇਵਾਲ ਉਹ ਪੀਏ ਕਹਦੇ ਤੁਨਖਾਤ ਨੂੰ ਤਾਂ ਉਹ 6500 ਰੁਪਏ ਹੁੰਦੇ ਸੀ 9 ਹੀ ਵੱਡਾ ਸੀਗਾ ਵੀ ਟਾਈਪਿਸ ਤੋਂ ਪੀਏ ਅਗਲਾ ਕਹਿੰਦਾ ਵੀ ਪੂਛ ਲੱਗ ਜਾਂਦੀ ਹੈ ਮੈਨੂੰ ਨਿਕਲ ਗਿਆ ਜੀ ਹੋਰ ਨੌਕਰੀ ਨੁਕਰੀ ਮਿਲਦੀ ਨਹੀਂ ਹੈਗੀ ਬਸ ਆਹੀ ਪ੍ਰਾਈਵੇਟ ਜੌਬ ਆਏ ਸਾਡੀ ਜਨਰਲ ਕੈਟਾਗਰੀ ਆ ਔਰ ਕੁਛ ਮਿਲਦਾ ਨਹੀਂ ਹੈਗਾ ਉਹ ਕਹਿੰਦਾ ਲੈ ਲੋਦ ਨੇ ਤੋਸਤੇ ਨੌਕਰੀਆਂ ਦੇਣੀਆਂ ਲੋਕਾਂ ਨੂੰ ਆਹ ਸ਼ਬਦ ਪੜਿਆ ਕਰੋ 24 ਸੌ ਦੇ ਇਹਨੇ ਪਾਠ ਕਰਨੇ ਤੇ ਨਾਲ ਜਲ ਰੱਖ ਲੈਣਾ ਬਾਬਾ ਜੀ ਦੀ ਫੋਟੋ ਰੱਖ ਲੈਣੀ ਹੈ ਧਿਆਨ ਨਾਲ ਲੈਣਾ ਉਹ ਨੀਲੇ ਬਾਣੇ ਵਾਲੀ ਫੋਟੋ ਸੀ ਬਾਬਾ ਜੀ ਦੀ ਖੰਡਾ ਹੱਥ ਚ ਬੜਿਆ ਹੋਇਆ ਤੇ ਹੱਸੋ-ਹੱਸੋ ਕਰਦਾ ਜੀ ਉਹ ਮੂਰੇ ਰੱਖ ਲੈਣਾ ਤੇ ਕਿ ਜੇ ਐਨਾ ਪਤਾ ਨਹੀਂ ਸੀ ਹੁੰਦਾ ਵੀ ਉਹ ਜਿਵੇਂ ਉਹਨਾਂ ਨੇ ਕਿਹਾ ਉਦਾਂ ਉਦਾਂ ਅਭਿਆਸ ਕੀਤਾ 40 ਦਿਨ ਤੇ ਫਿਰ ਕੁਛ ਇਸਤਾਂ ਦਾ ਘਟਨਾ ਵਾਪਰ ਗਈ ਤੇ ਗੁੰਬਾਪਾ ਜੀ ਦਾ ਕਿਸੇ ਪਹਿਰਾ ਆਇਆ ਉਹ ਕਹਿੰਦੇ ਨਹੀਂ ਭਾਈ ਹਜੇ ਪੂਰਾ ਨਹੀਂ ਹੋਇਆ ਦੁਆਰਾ ਕਰੋ ਫੇ 40 ਦਿਨ ਲਗਾਤਾਰ ਉਸ ਤੋਂ ਬਾਅਦ ਸਾਧ ਸੰਗਤ ਤੋਂ ਪ੍ਰਾਪਤੀਆਂ ਹੋਈਆਂ ਉਹ ਪ੍ਰਾਪਤੀਆਂ ਹੋਈਆਂ ਜਿਹੜੀਆਂ ਕੈਬੇ ਕੋ ਸੋਪਾ ਨਹੀਂ ਦੇਖਾਈ ਪ੍ਰਮਾਨ ਲੋਕੀ ਤਾਂ ਅੱਜ ਕਰਦੇ ਨੇ ਬਾਬਾ ਜੀ ਦੀ ਗੱਲ ਇਹ 1987 ਤੋਂ ਤਾਸ ਨੂੰ ਕਿਰਪਾ ਹੋਈ ਵੀ ਨਾ ਤੇੰ ਤੁਰਤੇ ਵੀ ਗਿਆ ਸੀ ਨਾ ਜੁਜੂਐਸਏ ਦੀ ਅੰਬੈਸੀ ਦੇ ਵਿੱਚ ਉਸ ਵੇਲੇ ਵੀ ਮੈਂ ਬੈਜੀ ਨਾਲ ਸੀ ਹਾਂ ਮੈਂ ਪਟ ਗਿਆ ਸੀ ਇਹ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਗਲਤ ਪਾਸੇ ਚਲੇ ਗਿਆ ਸੀ ਬੜੀ ਨਾ ਬਰਾਤ ਜਿਹੜੀਆਂ ਬਿਮਾਰੀਆਂ ਉਹ ਵੀ ਲੱਗੀਆਂ ਸੀ ਪਰ ਜੇ ਉਹਨਾਂ ਦਾ ਬਖ ਸਿਰ ਤੇ ਨਾ ਹੱਥ ਹੁੰਦਾ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਨਾ ਹੁੰਦੀ ਤਾਂ ਜਿੱਥੇ ਨੇਸੀਓ ਸਾਦਾ ਕਿਸੇ ਵੀ ਹਾਲਚ 100% ਜਿਹਦੇ ਇਹਨਾਂ ਨੂੰ ਕੋਈ ਸ਼ੱਕ ਹੈ ਨਾ ਵਿਹਾ ਇਹ ਤੇ ਬਾਰੇ ਕੀ ਕਰਨਗੇ ਆਪ ਜਪਹਿਰਾ ਕੱਟ ਕੇ ਦੇਖ ਲਿਓ ਫਿਰ ਮੈਂ ਜਪਹਿਰਾ ਤਾਂ ਨਹੀਂ ਸੀ ਕੱਟਿਆ ਮੈਂ ਤਾਂ ਸਿਰਫ ਚੌਪੇ ਸਾਬ ਦੇ ਪਾਠ ਕਰਦਾ ਸਵੇਰੇ ਨਿਤਨੇਮ ਕਰ ਲੈਣੇ ਤੇ ਨਾਲ ਹੀ ਚੌਪੇ ਸਾਬ ਦੇ ਪਾਠ ਕਰ ਲੈਣੇ ਜਲ ਕੋਲ ਰੱਖ ਲੈਣਾ ਆਪੇ ਦੀ ਫੋਟੋ ਜੋਤ ਲਾ ਲੈਣੀ ਰੋਜ਼ ਆ ਦਾਸ ਕਰਕੇ ਦੇਗਾ ਵਰਤਾ ਦੇਣੀ ਛੋੜੀ ਬਣਾ ਲੈਣੀ ਬਸ ਉਹਨਾਂ ਨੂੰ ਭੋਗ ਲਵਾਉਣ ਜੋਗੀ ਬੜਾ ਕਠਿਨ ਕੰਮ ਹੁੰਦਾ ਹੈ ਚਲਈਆ ਆਪਾਂ ਕਹਿ ਦਿੰਨੇ 40 ਸਾਂ ਕੱਟ ਲੋ ਪਰ ਫਿਰ ਉਸ ਸਾਤ ਸੰਗ ਰਿਤੀਆਂ ਸਿੱਧੀਆਂ ਲੋਕੀ ਕਹਿੰਦੇ ਨਾ ਅਜ ਬ੍ਰਾਹਮਣਵਾਦ ਦੀ ਗੱਲਾਂ ਕਰਦੇ ਆ ਇਹ ਸਾਡੇ ਗੁਰਸਿੱਖਾਂ ਵਾਸਤੇ ਤਾਂ ਮਹਾਰਾਜ ਨੌ ਨੀਤੀ 18 ਸਿੱਧੀਆਂ ਪਿੱਛੇ ਫਿਰ ਲੱਗਿਆ ਫਿਰਨ ਜੋਹਾਰ ਹਿਰਦੇ ਸਦਾ ਬਸਾਏ ਭਗਤ ਮੁੱਖੇ ਤੇ ਬੋਲਦੇ ਸੇ ਵਚਨ ਹੁੰਦੇ ਫਿਰ ਹੁੰਦੇ ਆ ਵਚਨ ਵੀ ਹੁੰਦੇ ਆ ਇਹ ਸਾਨੂੰ ਭੁਲੇਖਾ ਪੈ ਜਾਂਦਾ ਵੀ ਇਹ ਤਾਂ ਜਿਹੜੀਆਂ ਦੂਜੀਆਂ ਰੂਹਾਂ ਹੈਗੀਆਂ ਕੋਈ ਬਾਬਾ ਦੀਪ ਸਿੰਘ ਦੇ ਰੂਪ ਚ ਫਿਰਦੀ ਐ ਕੋਈ ਹਨੂਮਾਨ ਜੀ ਦੇ ਰੂਪ ਚ ਫਿਰਦੀ ਐ ਕੋਈ ਭਗਵਾਨ ਕ੍ਰਿਸ਼ਨ ਦੇ ਰੂਪ ਚ ਫਿਰਦੀ ਐ ਇਹ ਕੋਈ ਵੀ ਰੂਹਾਂ ਜਿਹੜੀਆਂ ਅੰਦਰੋਂ ਇੱਕ ਹੀ ਐ ਅੰਤਰਾਤ ਅੰਮੇ ਜੇ ਉਹ ਮਿਲੇ ਮਿਲਿਆ ਕਿ ਐ ਸੋਏ ਜੋ ਦੋਸੀ ਨਾਮ ਜਪਦੇ ਆ ਅਭਿਆਸ ਕਰਦੇ ਆ ਸਾਨੂੰ ਬਹੁਤ ਖੁਸ਼ ਹੁੰਦਾ ਸ਼ਿਵ ਜੀ ਦੇ ਵੀ ਦਰਸ਼ਨ ਹੁੰਦੇ ਆ ਕਈ ਸਿੰਘਾਂ ਨੂੰ ਆ ਜਾਂਦੇ ਆ ਕਈ ਇਸ ਕਈ ਸਿੰਘਾਂ ਦੇ ਕੋਲ ਆ ਕੇ ਕਹਿੰਦੇ ਆ ਕਿ ਸਾਡੇ ਕੋਲੇ ਬਹਿ ਜਾਂਦੇ ਆ ਐਂ ਮੰਡੀ ਮੰਜੇ ਤੇ ਬਹਿ ਜਾਂਦੇ ਆ ਆ ਕੇ ਸੁਣਦੇ ਪੂਰਾ ਬਾਣੀ ਪਰ ਵਿਆਸੀ ਸਿੰਘ ਹੈ ਜਿਹੜੇ ਉਹਨਾਂ ਨੂੰ ਜੇ ਉਸ ਕਪਾ ਗਏ ਮੇਰੇ ਵਰਗੇ ਜਿਹੇ ਹਾਂ ਮੈਂ ਇਹਨਾਂ ਨੂੰ ਬੁਲਾ ਲਾਂ ਕੋਲ ਕਰ ਲਾਂਗੇ ਇਦਾਂ ਗੱਲਾਂ ਕਰ ਲਾਂਗੇ ਬੜਾ ਪਰ ਹਾਂ ਇੱਕ ਅਨੁਭਵ ਹੈ ਵੀ ਜੋ ਮੰਚ ਫੌਰਨੇ ਫਰਦੇ ਸੀਗੇ ਫੂਰੇ ਕਰ ਦਿੰਦੇ ਸੀਗੇ ਦਰਸ਼ਕ ਇੱਕ ਵਾਰੀ ਨਹੀਂ ਕਈ ਵਾਰੀ ਮਾਰਨੇ ਦਾ ਮਤਲਬ ਕੀ ਹੈ ਜਿਵੇਂ ਕਿ ਉਹਦੇ ਖੁਆਬ ਜਾਉਣਾ ਉਹਦੇ ਵਿੱਚ ਕਰਾ ਦਿੰਦੇ ਆ ਇਹ ਪ੍ਰੈਕਟਿਸ ਤੇ ਵੀ ਇਸ ਵਿਸ਼ੇ ਹੈਗੇ ਆ ਅਭਿਆਸ ਤੇ ਆ ਪਿੱਛੇ ਜੇ ਇੱਕ ਬੀਬੀ ਦੇ ਵਾਰੇ ਬੜਾ ਲੋਕਾਂ ਨੇ ਮਖੌਲ ਕੀਤਾ ਕਿ ਉਹ ਸੂਰਜ ਤੇ ਚਲੇਗੀ ਉਹ ਕਹਿੰਦੀ ਹੈ ਜੀ ਵੀ ਮੈਂ ਸੂਰਜ ਗ੍ਰਹਿਣ ਜਿਹੜਾ ਪਲੈਨੇਟ ਉਹ ਵੀ ਦੇਖ ਲਈਆਂ ਨਾਂ ਬਿਆਸ ਕਰਦੀ ਕਰਦੀ ਚਲੋ ਉਹਦੀ ਉਹਦੀ ਗੱਲ ਤੇ ਪਪਰੋੜ ਤਾਂ ਮੈਂ ਕਰ ਦੰਨਾ ਤੁਸੀਂ ਤਾਂ ਮੇਰੇ ਖਿਲਾਫ ਹੀ ਹੋ ਜਾਓਗੇ ਕੋਨਾ ਹੋ ਜਾ ਮੈਂ ਤਾਂ ਕਿਹੜਾ ਉੱਥੇ ਟਿੰਡੇ ਲੈਣੇ ਆ ਜਦੋਂ ਗੁਰਬਾਣੀ ਕਹਿੰਦੀ ਹੈ ਜੋ ਬ੍ਰਹਮੰਡੇ ਸੋਈ ਫਿੰਟੇ ਜੋ ਖੋਜੇ ਸੁਭਾਵੇ ਬ੍ਰਹਮੰਡ ਦੇ ਵਿੱਚ ਸੂਰਜ ਨਹੀਂ ਆਉਂਦਾ ਉੱਚ ਨਾਲੀ ਗੱਲ ਹੈ ਹੁਣ ਕੱਲ ਨੂੰ ਤੁਸੀਂ ਗੁਰਬਾਣੀ ਵਿੱਚ ਝੋਠੀ ਪੈਦੋਂਗੇ ਕਈ ਜਾਂਦੇ ਹੈਗਾ ਇੱਕ ਮਨ ਦੇ ਵਿੱਚ ਚੱਲ ਰਿਹਾ ਹੈ ਇਥੇ ਵੀ ਗੁਰਬਾਣੀ ਦੇ ਜਿਹੜੇ ਦਸਮ ਗ੍ਰੰਥ ਦੀ ਬਾਣੀ ਨੂੰ ਨਹੀਂ ਮੰਨਦੇ ਉਹ ਉਹ ਕਹਿਣਗੇ ਨਾ ਜੀ ਇਹ ਦਸਮ ਗ੍ਰੰਥ ਦੀ ਬਾਣੀ ਗੁਰੂ ਸਾਹਿਬ ਦੀ ਬਾਣੀ ਨਹੀਂ ਹੈਗੀ ਉਹਦੇ ਵਿੱਚ ਤਾਂ ਤ੍ਰਿਆਚਰ ਦੀ ਗੱਲ ਕੀਤੀ ਗਈ ਹੈ ਉਹ ਸਾਨੂੰ ਪੂਰਾ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕਰਨਗੇ ਚੱਕ ਕਰੇ ਆ ਵੀ ਆਪਾਂ ਸਾਰੇ ਕਹ ਦਿੰਨੇ ਬਹਿਸ ਨਾ ਕੀਤੀ ਜਾਵੇ ਬਹਿਸ ਤੋਂ ਬਚਿਆ ਜਾਵੇ ਪਰ ਜੇ ਗੁਰੂ ਦੀ ਨਿੰਦਾ ਹੋਣਦੀ ਹੋਵੇ ਉੱਥੇ ਤੁਸੀਂ ਬਹਿਸ ਵੀ ਨਾ ਕਰੋ ਬੜੌਖ ਹੋ ਜਾਂਦਾ ਹੁਣ ਜੇ ਤੁਸੀਂ ਛੱਡ ਦੋਂਗੇ ਚੌਪੀ ਸਾਹਿਬ ਜੀ ਮੈਂ ਗੱਲ ਕਰ ਰਿਹਾ ਹਾਂ ਚੌਪੀ ਸਾਹਿਬ ਤੋਂ ਮੈਨੂੰ ਬਹੁਤ ਕੁਝ ਦਿੱਤਾ ਮਾਰੇ ਨੇ ਬਹੁਤ ਕੁਝ ਪਰਵਾਮ ਕੀਤਾ ਬਹੁਤ ਮੰਨੇ ਮਤਲਬ ਮਿਲਦਾ ਬਹੁਤ ਕੁਝ ਮਿਲਦਾ ਨਾਮ ਦੇ ਵਿੱਚ ਜਿਹਨਾਂ ਨੇ ਜਪਦੇ ਆ ਉਹਨਾਂ ਨੂੰ ਤਾਂ ਪਤਾ ਨਹੀਂ ਅੰਤਾਂ ਦੰਦ ਕੁਈ ਅੰਤ ਨਹੀਂ ਹੈ ਜੋ ਕੁਝ ਮਿਲਦਾ ਅਰਦਾਸ ਨੂੰ ਜਿਹੜਾ 2400 ਦਾ ਅਭਿਆਸ ਹੋਇਆ ਸੀਗਾ ਉਹਦੇ ਵਿੱਚ ਹੀ ਮਾਰਾਇ ਨੇ ਬਹੁਤ ਕੁਝ ਕੀਤਾ ਮੇਰੀ ਜਿਹੜੀ ਐਕਸਪੈਕਟੇਸ਼ਨ ਤੋਂ ਵੱਧ ਲੁੱਟ ਕੇ ਵੀ ਲੈ ਗਿਆ ਮੈਨੂੰ ਰੋਬਿੰਗ ਜਿਵੇਂ ਹੁੰਦੀ ਹੈ ਨਾ ਬੰਦੇ ਨੇ ਵੀ ਇੱਕ ਅੰਦਰ ਨਾਲ ਤੁਹਾਨੂੰ ਫਰੈਂਡਸ਼ਿਪ ਕਰਕੇ ਵੀ ਹਾਂ ਜੀ ਤੁਹਾਡੇ ਟੱਕ ਦੇ ਦੋ ਤੁਹਾਨੂੰ ਚਲਾਵਾਂਗੇ ਤੁਹਾਨੂੰ ਪੇਮੈਂਟ ਆਜਿਆ ਕਰੋਗੇ ਉਹ ਵੀ ਲੈ ਗਏ ਫੇਰ ਵੀ ਮਾਰਾ ਇਹਨੇ ਡੋਲਣ ਨਹੀਂ ਦਿੱਤਾ ਅੰਦਰ ਤੱਕ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਡਿਪਾਰਟਮੈਂਟ ਦੇ ਇੱਥੇ ਐਫਐਵੇ ਨੂੰ ਰਿਪੋਰਟ ਕਰਕੇ ਉੱਥੋਂ ਮਾਰਾ ਇਹਨੇ ਕਿਰਪਾ ਕਰਕੇ ਬਚਾਇਆ بڑی ਨਾਮਰਾਦ ਬਿਮਾਰੀਆਂ ਤੋਂ ਬਚਾਇਆ ਕੀ ਕੀ ਦੱਸੀਏ ਇਹ ਬੋਲਣਾ ਨਹੀਂ ਚਾਹੀਦਾ ਇਹ ਚੀਜ਼ਾਂ ਨੂੰ ਪਰ ਅਭਿਆਸ ਦੇ ਨਾਲ ਤੁਸੀਂ ਹਰ ਕਿਛੀ ਤੇ ਭਾਰੂ ਪੈ ਸਕਦੇ ਆ। ਹੋਈਆਂ ਨਹੀਂ ਕਿ ਹਮਾਰਾ ਨੇ ਜਿਸ ਦਾ ਸਾਹਿਬ ਡਾਟਾ ਹੋਏ ਤੇ ਇਸ ਕੋ ਮਾਰ ਨਾ ਸਕੇ ਕੋਇ। ਜਦੋਂ ਆਉਣੀ ਹੈ ਆਪਣੇ ਬਿਨਾ ਪੁੱਛਿਆ ਤੇ ਲੈ ਜਾਣਾ ਉਹਨੇ। ਜ਼ਰੂਰ ਤੋਂ ਕਰਹਿਣਾ ਤੁਸੀਂ ਰਹਿਣਾ ਹੈ ਇੱਥੇ ਦੁਨੀਆ ਦੇ ਜਿਤਨੇ ਕੰਮ ਕਰਨੇ ਆ ਸੇਵਾ ਕਰਨੀ ਹੈ ਮਹਾਰਾਜੇ ਕਰਾਉਣੀਆਂ ਤੇ ਉਤੋਂ। ਤੁਹਾਨੂੰ ਥੋੜੀ ਰੱਖਿਆ ਆਪ ਕਰਨੀ ਹੈ। ਸਿਰਮਸਤਕ ਰੱਖਿਆ, ਪਾਰ ਬ੍ਰਹਮਸਤਕ ਆਇਆ ਰੱਖਿਆ ਪਰਮੇਸ਼ਰ ਹੈ। ਆਤਮ ਰੱਖਿਆ ਗੋਪਾਲ ਸਵਾਮੀ ਧਨ ਚਲਨ ਰੱਖਿਆ ਜਗਦੀਸ਼ਰ ਸਰਵ ਰੱਖਿਆ ਗੁਰਦੇਵਾਲ ਐ ਪੈ ਦੁਖ ਵਿਨਾਸ਼ਨ ਭਗਤ ਤੋਂ ਬਚਲ ਆਨਾਤ ਨਾਤੇ ਸਰਨ ਨਾਨਕ ਪੁਰਖ ਹੋ ਜਤੇ ਜਾ ਕੋ ਮੁਸ਼ਕਲਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਕਲੇ ਸਭ ਪਜੇ ਆਸਰਾ ਚੁੱਕੇ ਸਭ ਸਰਾਉ ਚਿਤੇ ਆਵ ਸੁਭਾਰ ਵਰਮ ਲਗਨ ਤਤੀਵਾ ਸਾਹਿਬ ਨਿਤਾਣਿਆਂ ਕਾ ਤਾਣ ਆਏ ਨਾ ਜਾਈ ਤਿਰਸਦਾ ਗੁਰਸਬ ਦੀ ਸਚ ਜਾਣ ਜੇ ਕੋ ਹੋਵੇ ਦੁਪਲਾ ਨੰਗ ਭੁਖ ਕੀ ਪੀਰ ਤਮੜਾ ਪੱਲੇ ਨਾ ਪਵੇ ਨਾ ਕੋ ਤੇ ਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤਿਆ ਵੈ ਸੁਪਾਰ ਬ੍ਰਹਮ ਦਨੇਚਲ ਹੋਵੇ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਬਿਆ ਪੈ ਰੋਗ ਗ੍ਰਸਤ ਕੋ ਟੰਗ ਬਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੰਟ ਕਾ ਕੜੀ ਨਾ ਬੈਸਨ ਸੋਏ ਚਿਤ ਆਵੇ ਉਸ ਪਾਰ ਬ੍ਰह्म ਤਨ ਮਨ ਸੀਤਲ ਹੋਏ ਦਰਸ਼ਨ ਕੋ ਜਈਆ ਕੁਰਬਾਨ ਚਰਨ ਕਮਲ ਹਿਰਦੈ ਤਰ ਧਿਆਨ ਤੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟ ਤੇ ਮਿਟੈ ਬਮਾਨ ਪਾਰ ਬ੍ਰਹਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਐ ਹਰ ਨਾਮ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰਮਾ ਗੁਰ ਬਚਨੀ ਸੰਸਾਰ ਸੁਖ ਦੁਖ ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ ਮਨ ਸੰਤੋਖ ਸਬਦ ਗੁਰ ਰਾਜ ਜਪ ਗੋਬਿੰਦ ਪਰਦੇ ਸਭ ਕਾਜ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਦਾਤਾ ਦਿਆਲ ਬਖਸ਼ੇਨ ਗੁਰ ਚਰਨੀ ਜਾਂ ਕਾਮ ਲਾਗਾ ਨਾਨਕ ਦਾਸ ਤੇ ਸਪੂਰਨ ਪਾਗ ਗੁਰੂ ਤੇ ਪਾਰ ਬ੍ਰਹਮ ਪ੍ਰਮਾਤਮਾ ਇੱਕੋ ਹੀ ਮਹਾਰਾਜ ਨੇ ਕਿਹਾ ਉਹ ਯੋਨੇ ਕਹਿੰਦੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਏ ਪਾਵਨ ਆਕੀਏ ਤੁਹਾਡੀ ਅਸੀਂ ਕਹਿੰਦੇ ਜੀ ਪਹਿਲਾਂ ਡਾਲਰ ਪਾਈਏ ਗੋਲਕ ਦੇ ਵਿੱਚ ਫੇਰ ਮਹਾਰਾਜ ਮੰਨ ਨਹੀਂ ਇਹ ਨਹੀਂ ਕੋਡੀ ਅਗਰ ਭਾਗ ਰੱਖ ਸਤ ਗੁਰ ਨਿਧਾਨ ਪਤਾ ਨਹੀਂ ਕਿੰਨਾ ਦਿੰਦਾ ਇਹ ਇੱਕ ਕੋਡੀ ਵੀ ਰੱਖਦੀ ਨਾ ਭਾਵ ਨਹੀਂ ਕਰਕੇ ਉਹ ਵੀ ਮਹਾਰਾਜ ਲੇਖੇ ਚ ਲਾ ਲੈਂਦੇ ਆ ਇੱਕ ਤਿਲ ਜੀ ਨਿਕਲਣਾਂ ਦੀ ਉਹ ਪਾਉਂਦੇ ਨਹੀਂ ਹੈਗੇ ਚਾਰਨ ਸਰਨ ਗੁਰੇ ਇੱਕ ਪੰਡਾ ਜਾਇ ਚੱਲ ਸਤ ਗੁਰ ਕੋਟ ਪੰਡਾ ਅੱਗੇ ਹੋਏ ਲੇਤਾ ਬਰਾਲਾ ਬੰਦ ਜਿਹੜੀਆਂ ਸਾਡੀਆਂ ਚੰਗੀਆਂ ਉਹ ਸਨ ਗੁਰੂ ਨਾਲ ਜੋੜਦੀਆਂ ਜਿਹੜੀਆਂ ਮਾੜੀਆਂ ਉਹ ਸਾਨੂੰ ਵਿਛੋੜਦੀਆਂ ਝਗੜੇ ਵਿਖੇਲੀਆਂ ਖੜੇ ਕਰਕੇ ਸਾਨੂੰ ਉਹ 파ੜਦੀਆਂ ਦੂਰ ਕਰਦੀਆਂ ਹੁਣ ਦਾ ਸਾਬਜੀ ਨਾਲ ਲਾਈਵ ਹੋ ਰਿਹਾ ਕੰਨਾਂ ਦੇ ਵਿੱਚ ਸਾਂਹ ਸਾਂਹ ਦੀ ਹਵਾ ਆ ਰਹੀ ਹੈ ਨਾਲ ਜਦੋਂ ਕੜਕੜਕ ਜਿੰਨਾ ਵੀ ਚੱਲਦੀ ਉਹ ਮਤਲਬ ਐ ਸੁਣ ਰਹੀ ਹੈ ਹੁਣ ਇਸ ਵੇਲੇ ਇਹਦੇ ਨਾਲੇ ਛੋੜ ਲੈਣਾ ਆਪਣੇ ਮੰਨੋ ਸਰਤੀਏ ਇਹਦਾਂ ਸਰਤੀ ਜੁਰਮ ਲਈ ਸ਼ੁਰੂ ਹੋ ਗਈ ਫਿਰ ਗੁਰਬਾਣੀ ਵੀ ਅੰਦਰੋਂ ਡਟਣ ਹੋਣੀ ਚਿਰ ਹੋ ਜਾਣੀ ਹੈ ਮੈਨੂੰ ਕਈ ਵਾਰੀ ਮਹਾਰਾਜ ਜੀ ਇੰਨੀ ਬਖਸ਼ਿਸ਼ ਹੋ ਗਈ ਇਹ ਤਾਂ ਪਾਠ ਚੌਪਿਸ ਸਾਹਿਬ ਦਾ ਚੱਲਦਾ ਸੀ ਤੁਰਦੇ ਆ ਬੈਹਂਦੇ ਆ ਉੱਠਦੇ ਆ ਉਹ ਕੁਰਬਾਨੀ ਦੀ ਤੁਖ ਨਾਲ ਆਗੇ ਔਰਤ ਤੇ ਬੈਠ ਸੋਵਤ ਨਾਮ ਗੋਹ ਨਾਨਕ ਜਨ ਕੇ ਸਦਕਾ ਬੋਲੋ ਜਸ ਜੇ ਭਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਿਹਾਸ ਸਮਾਏ ਜੋ ਹੋਆ ਹੋਵਤੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਹੋਇ ਰੁਇ ਧਨਵਾਦ ਬਸ਼ੀਰ अधीन के दाते मेरा गुणा वगुण ना विचार हो गए का का तो बस मैं मानस होते नाम रंग सर्व सुख होए वडभागी किसे प्राप्त होए केवरी मन दे विच कोई फुरना फुरना ਨਕਾਰੇ ਵਰਤੀ ਬਣ ਜਾਣੇ ਮਹਾਰਾਜ ਨੇ ਐਹੀ ਜਿਹੀ ਚਪੇੜ ਮਾਰਨੀ ਇੱਕਦਮ ਉਸੇ ਵਸਤਾ ਚ ਆ ਜਾਣਾ ਤੂੰ ਕਿਹੜੀ ਗੱਲਾਂ ਕਰਦਾ ਫਿਰਦਾ ਤੇ ਪ੍ਰਾਪਤ ਕੀਤਾ ਹੈ ਆਪਸ ਕੋ ਜੋ ਪਲਾ ਕਹਾਵੇ ਤੇ ਸੈਪਲਾ ਇਨ ਨਾਵੇ ਮਹਾਰਾਜ ਜਿਹਦੇ ਸ਼ਬਦ ਦੇ ਦਿੰਦੇ ਸੇ ਮਾਰ ਪਰਬੋਤੋ ਹਰ ਕੇ ਨਾ ਹੈ ਦਹਿ ਤੇ ਸਤਾਵ ਤੇ ਆ ਬੈਠਾ ਹੈ ਪਟਕੀ ਜਾਂਦਾ ਹੈ ਦਸਾਂ ਦਿਸ਼ਾਵਾਂ ਵੱਲ ਭਜਦਾ ਹੈ ਸਾਡੇ ਕੋਲ ਚਾਰ ਹਨ ਈਸਟ ਵੈਸਟ ਨਾਰਥ ਸਾਊਥ ਇਹਦੀਆਂ 10 ਦਿਸ਼ਾਾਂ ਹੈ ਇੰਨੀ ਸਪੀਡ ਨਾਲ ਜਾਂਦਾ ਹੈ ਬੈਠਾ ਬੈਠਾ ਹੀ ਪਤਾ ਨਹੀਂ ਕਿਤੇ ਕਿਤੇ ਚੱਕਰ ਲਾਇਆ ਹੁੰਦਾ ਹੈ ਪਰ ਜਦੋਂ ਪੂਰੀ ਦੀ ਕਿਰਪਾ ਹੋ ਗਈ ਗੁਰੂ ਦੀ ਫਿਰ ਇਹ ਹੀ ਮਨ ਹਸਤੀ ਇਹ ਮਨ ਸੀਓ ਇਹ ਮਨ ਪੰਜ ਤਤਕ ਜੀਓ ਇਨ ਮਨ ਛੋਡੇ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤੇ ਕਹੈ ਫੇ ਸਾਰੇ ਭਵਨਾਂ ਚ ਘੁੰਮਿਆ ਹੁੰਦਾ ਫਿਰ ਦਿਖਾ ਦਿੰਦਾ ਫਿਰ ਨਪੁਰੀਆਂ ਵੀ ਦਿਖਦੀਆਂ ਲੱਖਾ ਗਾਸਾ ਗਾਸਾ ਜਿ ਵਿਚਰ ਜਾਂਦਾ ਜਿਹਨੂੰ ਔੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਬਾਤ ਹੋਈ ਕਹਿੰਦਾ ਸਹਿਸ 18 ਕਹਿਣ ਕਿਤੇ ਬਾਸ ਲੋ ਇਕ ਤਾਤ ਲਿਖਾ ਤੇ ਲਿਖੇ ਲਿਖੇ ਬਣਾਸ ਨਾਨਕ ਵੱਡਾ ਆਖੀ ਆਪੇ ਜਾਣਿਆ ਬਹੁਤ ਪਾਵਰਫੁਲ ਐ ਮਾਈਂਡ ਜਿਹਦੇ ਸੁਪਰ ਕੌਂਸ਼ੀਅਸ ਅਵਸਥਾ ਤੇ ਪਹੁੰਚ ਜਾਂਦਾ ਜਿਹੜੀ ਕਿ ਬਹੁਤ ਜ਼ਿਆਦਾ ਔਖੀ ਹੈ ਜਿਹਦਾ ਚਲਕਾਰਾ ਵੀ ਪੈ ਜਾਵੇ ਨਾ ਆਪਣੇ ਭਾਗਾਂ ਵਾਲੀ ਰੂਹ ਬਹੁਤ ਮਨ ਜਿੱਤੈ ਜਗ ਜਿੱਤੈ ਇਹ ਫਿਰ ਉਹ ਚੀਜ਼ ਪ੍ਰਾਪਤ ਹੀ ਕਰਾਉਂਦੇ ਆ ਜਿਹੜੀ ਜਗ ਸੋਚੇ ਰਹਿੰਦਾ ਦੁਨੀਆ ਸੋਚਦੀ ਰਹਿੰਦੀ ਇਹ ਕਿਵੇਂ ਉਹ ਇਹ ਆਮ ਸੋਤੇ ਸਿੱਧੀ ਮਾਰਾ ਇਹ ਕਰ ਦਿੰਦੇ ਆ ਚਿੰਤ ਕੰਮ ਕਰੇ ਪ੍ਰਾਪਤ ਨੇ ਕਿ ਜਨ ਹਰ ਕਾ ਨਾਮ ਪਿਆਰਾ ਅੰਦਰੋਂ ਪੜਕਣਾ ਇੱਕ ਭਾਰੀ ਤੌਰ ਤੇ ਵਿਖਾਵਾ ਇੱਕ ਅੰਦਰ ਦਾ ਜੇ ਤੋਂ ਅੰਦਰੋਂ ਹਉਮੈ ਦੂਰ ਹੋ ਗਈ प्रेम पै गया एकमिक हो गए फिर आया सफल है सफल 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 भई यात्रा फिर यात्रा सफल है हजे दूरी का क्यों हैगी है? हजे आपा भाव है मैं 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 कर बकरे वे जा झा ਮੈਂ ਕਿਛ ਕਰਤਾ ਤਬ ਲੰਗਰ ਵਿਚੋਂ ਨੇ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗਨੇ ਚਲ ਨਾਹੀ ਚੀਤ ਪ੍ਰਾਪਤੀ ਕਰਾਉਣੀ ਹੈ ਸਗਲ ਕਿਰੇਨਾ ਸਾਰਿਆਂ ਦੀ ਚਰਨਾ ਦੀ ਧੋੜ ਬਣਨਾ ਪੈਣਾ ਫੇਰ ਉੱਧਰੋਂ ਰਸਤਾ ਜਾਂਦਾ ਜਦੋਂ ਹੌਮੇ ਵਾਲਾ ਕਿਲਾ ਗੱਡਿਆ ਹੈ ਨਾ ਧੌਣ ਚ ਕਹਿੰਦੇ ਮੈਂ ਨਾਮ ਜਪਦਾ ਜੁੜਿਆ ਹੋਇਆ ਹੈ ਰੱਬ ਤੇ ਨਾਲ ਹੈ ਕੱਖ ਨਹੀਂ ਤੇਰੇ ਪਿੱਛੇ होता और, और जी खुदाए दे न तू हां हां मैं मैं करियो okay. वालों जाना खन्न तिखी बालो निकी ये तो मर गुरसिखी दी तेरी दात है ਇਹ ਆਉਣੀ ਹਰਕ ਪ੍ਰਾਪਤ ਕਰ ਲੂਗਾ ਤੇ ਪੂਰਾ ਉਤਰ ਜੇਗਾ ਤੂੰ ਕਿਹੜੇ ਬਾਗ ਦੇ ਮੋਲੀ ਐ ਅਨੇ بڑے بڑے ਢਾਲੇ ਨੇ ਹੰਕਾਰ ਨੇ ਤਾਂ بڑے بڑے ਜੋਤੀ ਸੈ ਲੋਕ ਤਿੰਨ ਕੋ ਭੈਪਾ ਚਿੰਤਾ ਰੋ ਚਿੰਤਾ ਨੇ ਖਾ ਲਿਓ ਮਾਰ ਤੇ ਖਤਮ ਕਰਦੇ ਪਾਣੀ ਪ੍ਰਭ ਕੀ ਸਭ ਕੋ ਫੁੱਲ ਆਪ ਆਡੋਲ ਨਾ ਖਵੋ ਹੰਡੋਲ ਸਿਮਪਲ ਬਣਿਆ ਫਿਰਦਾ ਸਿਮਪਲ ਰੁਖ ਸਰਾਇਰਾ ਆਤ ਦਿਰਗਤ ਮੋਚੋ ਜੇ ਆਵੇ ਆਸ ਕਰ ਜੈ ਨਰਾਸਿਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਣ ਪਤ ਮਿੱਠ ਤੇ ਨੀਵੀ ਨਾਨਕਾ ਗੁਣ ਚੁਗਾਈਆਂ ਤਤ ਜਦੋਂ ਗੁਰਬਾਣੀ ਪੜ੍ਹੀ ਮੇਰੇ ਵਰਗਾ ਫੇ ਨਿਮਰਤਾ ਹਾਲੇ ਪਾਸੇ ਨੂੰ ਤੁਰ ਪੈਂਦਾ ਹਰ ਕੇ ਦੇ ਪੈਰੀ ਹੱਥ ਲਾਉਂਦਾ ਹੈ ਨਿਮਰਤਾ ਦਿਖਾਉਂਦਾ ਮੈਂ ਬਹੁਤ ਨਿਮਰਤਾ ਹੈ ਜੀ ਮਹਾਰਾਜ ਫਿਰ ਅੱਗੇ ਸਮਝਾਉਂਦੇ ਸਭ ਕੋ ਨਿਵੇ ਆਪਕੋ ਪਰ ਕੋ ਨਿਵੇ ਨਾ ਕੋਈ ਧਰਤ ਰਾਜੂ ਤੋਲੀਐ ਨਿਵੇ ਸੋ ਗौरा ਹੋਏ ਆ ਬੜਾ ਫੁੱਲ ਗਿਆ ਹੰਕਾਰ ਆ ਗਿਆ ਮਹਾਰਾਜ ਨੇ ਬੜੇ ਸੁਣੀ ਸ਼ਬਦ ਕਹਿਤਾ ਨਿਵੇ ਸੋ ਗौरा ਫਲ ਆ ਹੁੰਦਾ ਜਿਹੜਾ ਨਿਭ ਜਾਂਦਾ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਤੇ ਬਲਾ ਤੋਂ ਮਾਨ ਨਾ ਕਰੀ 베ਰੀ ਦੇ 베 ਜਿਹੜੇ ਮਿੱਠੜੇ ਹੁੰਦੇ ਚੁੱਕ ਜਾਂਦੀ ਏ ਨੇ ਵੇ ਸੁਗੋਰਾ ਹੋਈ ਫੇਰ ਅੱਗੇ ਚੱਲ ਕੇ ਮਾਰਾ ਫੇ ਹੰਕਾਰ ਤੋੜ ਦੇ ਮੇਰੇ ਵਰਗੇ ਬੰਦੇ ਦਾ ਕਿਵੇਂ ਅਪਰਾਧੀ ਦੂਣਾ ਨਿਵੇ ਜੋ ਹੰਤਾ ਮੇਰੇ ਗਾਏ ਉਹ ਕਹਿੰਦੇ ਅਪਰਾਧੀ ਜਿਹੜਾ ਦੂਣਾ ਨਿਵਦਾ ਜਿਹਨੇ ਅਪਰਾਧ ਕੀਤਾ ਪੜੀਂ ਨਿਮਰਤਾ ਦਿਖਾਊਗਾ ਤੁਨੂੰ ਜਿਵੇਂ ਕਹਿੰਦੇ ਸ਼ਿਕਾਰ ਨੂੰ ਮਾਰਨ ਵਾਸਤੇ ਜਿਹੜਾ ਨਾ ਝੁੱਕ ਜਾਂਦਾ ਹੰਟਰ ਚିକਾਰੀ ਅਪਰਾਧੀ ਤੋਣਾ ਨਿਵੇਂ ਜੋ ਹੰਤਾ ਮਿਰਗਾ ਹੈ ਮਿਰਗ ਨੂੰ ਮਾਰਨ ਵਾਲਾ ਸੀਸਨ ਵਾਇਆ ਕਿੱਥੀ ਹੈ ਜਦ ਦੇ ਕੁਸਦਾ ਜਾਏ ਉੱਥੇ ਸੀਸਨ ਵਾਉਣ ਦਾ ਉਹਦਾ ਉਹ ਜੇ ਸੀਸ ਤੇ ਮਾਉਣ ਦਾ ਕੀ ਫਾਇਦਾ ਯਾਰ ਰਿੱਦੇ ਤੇ ਤੋਂ ਕੁਸਤੇ ਪਾਸੇ ਜਾ ਰਹੇ ਹਾਂ ਤੈਨੂੰ ਮਾਇਆ ਦਾ ਚੱਕਰ ਪਿਆ ਹੋਇਆ ਹੈ ਪ੍ਰੋਪਰਟੀ ਦਾ ਆਪਣਾ ਸਾਰਕਸ ਮੈਂ ਮੈਂ ਮੇਰਾ 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 ਆ ਵੀ ਜੋੜਨਾ ਵੀ ਜੋੜਨਾ ਆ ਵੀ ਬਣਾ ਲੈ ਆ ਬਣਾਇਆ ਸੀ ਲੋਕਾਂ ਨੇ ਬਣਾ ਲੋ ਵਾਇਨਾਤ ਵਿਚ ਵਿਚਾਰਾਂ ਦਾ ਕੀ ਹਾਲਤ ਹੋਈ ਹੈ ਘਰਾਂ ਦੇ ਘਰ ਉੱਝੜ ਗਏ ਹਮਾਚਲ ਚ ਹੋਇਆ ਕਿੰਨਾ ਵੱਡਾ ਕਾਂਡਾ ਬਰਦਲ ਫਟ ਗਏ ਡੈਮਾਂ ਦੇ ਡੈਮ ਟੁੱਟ ਰਹੇ ਆ ਇੰਨੀਆਂ ਤਜਿੱਟੀਆਂ ਹੋ ਰਹੀਆਂ ਇੰਨੀਆਂ ਰਾਸ ਦੀਆਂ ਦੁਨੀਆਂ ਤੇ ਵਾਰਤ ਰਹੀਆਂ ਪਰ ਸਾਡਾ ਮਨ ਜਿਹੜਾ ਅਸੀਂ ਕੋਵਿਡ ਦੇ ਵਿੱਚੋਂ ਲੰਘ ਕੇ ਆਏ ਆ ਕਿੰਨਾ ਸਾਰੇ ਘਰਾਂ 'ਚ ਬੈਠ ਗਏ ਸੀਗੇ ਰੱਬ ਨੂੰ ਯਾਦ ਕਰਨ ਲੱਗੇ ਸੀ ਪ੍ਰਮਾਤਮਾ ਬਚਾਲਾ ਪ੍ਰਮਾਤਮਾ ਬਚਾਲਾ ਘਰ ਘਰ ਅਰਦਾਸਾਂ ਬੇਨਤੀਆਂ Hindu ਲੈਦਾ ਕਰ ਰਹੇ ਆ Sikh ਲੈਦਾ ਕਰ ਰਹੇ ਆ Muslim ਲੈਦਾ ਕਰ ਰਹੇ ਆ Christian ਲੈਦਾ ਕਰ ਰਹੇ ਆ ਕੋਈ ਸੇਵਾ ਕਰ ਰਿਹਾ ਓਏ ਸਾਧ ਸੰਗਤ ਰਾਤ ਵੀ ਇਹੀ ਗੱਲ ਚੱਲ ਰਹੀ ਸੀ ਸਮਾਂ ਬਹੁਤ ਭਿਆਨਕ ਆ ਰਿਹਾ ਕੁਛ ਨਹੀਂ ਪਤਾ ਕੀ ਬਣ ਜਾਣਾ ਕਦੋਂ ਕਿਹੜੀ ਚੀਜ਼ ਫਾਪਰ ਜਾਣੀ ਆ ਇਸ ਵਾਸਤੇ ਅਵਰ ਕਾਜ ਤੇਰਾ ਕਿੱਥੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਉਸ ਅਕਾਲ ਪੁਰਖ ਦੇ ਨਾਮ ਨੂੰ ਜਪੀ ਜਾਈਏ ਜਪੀ ਜਾਈਏ ਬੈਸਸਾਮ ਉਹ ਆਪਸੇ ਵਿੱਚ ਕੁਝ ਨਹੀਂ ਰੱਖਿਆ ਨਾ ਮਿਲਣਾ ਇਹ ਇਹ ਵੀਡੀਓ ਪਾ ਰਿਹਾ ਮੈਂ ਬੈਸਸ ਵਾਸਤੇ ਨਹੀਂ ਪਾਉਂਦਾ ਕਦੇ ਵੀ ਨਹੀਂ ਨਾ ਪਾਉਣੀ ਹੈ ਬਿਸ਼ਕਮਹਾਰਾਜ ਦਾ ਹੁਕਮ ਹੁੰਦਾ ਜਿਵੇਂ ਜਿਵੇਂ ਹੁਕਮ ਕਰੀ ਜਾਂਦੇ ਮੈਂ ਬੋਲ ਜਾਂਦਾ ਬੁਲਾਉਂਦਾ ਵੀ ਆਪੇ ਮੈਂ ਕੋਈ ਨਾ ਬ੍ਰਹਮ ਗਿਆਨੀ ਆ ਨਾ ਮੇਰੇ ਕੋਲ ਕੋਈ ਡਿਗਰੀ ਆ ਨਾ ਮੈਂ ਕੋਈ ਖੁਸ਼ ਆ ਪਰ ਹਾਂ ਤਜਰਬਾ ਮਹਾਰਾਜ ਨੇ ਐਕਸਪੀਰੀਅੰਸ ਲੰਘਾਇਆ ਹੈ ਇਹ ਲੋਕੀ ਅੱਜ ਗੱਲਾਂ ਕਰਦੇ ਮਹਾਰਾਜ ਨੇ ਪਹਿਲਾਂ ਦਿਖਾਈਆਂ ਕਈ ਸਾਲ ਪਹਿਲਾਂ ਪਰ ਪਤਾ ਕਦੋਂ ਲੱਗਿਆ ਹੁਣ ਜਦੋਂ ਆ ਫੇਸਬੁੱਕਾਂ ਤੇ ਯੂਟਿਊਬ ਤੇ ਸਾਰਾ ਕੁਝ ਚੱਲਣ ਲੱਗ ਗਿਆ ਹਮਨਾ ਇਹ ਚੀਜ਼ਾਂ ਤਾਂ ਦਿਖਾਉਣ ਦੀਆਂ ਨਹੀਂ ਹੁੰਦੀਆਂ ਪਰ ਬੋਲਣਾ ਪਿਆ ਮਹਾਰਾਜ ਨੇ ਨਹੀਂ ਬੋਲੋ ਸਿੰਘਾ ਇਹਨੂੰ ਦੱਸ ਸਾਰਾ ਕੁਝ ਸੱਚ ਹੈ ਉਹ ਵੀ ਵੀ ਪੋਲੀ ਹੈ ਨਾ ਸੂਰਤ ਤੇ ਜਾ ਕੇ ਆਈ ਹੈ ਸੱਚ ਹੈ ਚੁਟ ਨਹੀਂ ਉਹ ਚਰਥਾ ਪਾਈ ਜਿਆ ਫਿਰ ਗੁਰਬਾਣੀ ਨੂੰ ਤੁਸੀਂ ਗਲਤ ਕਹੋਗੇ ਝੂਠੀ ਕਹੋਗੇ ਗੁਰਬਾਣੀ ਤਾਂ ਕਹਿੰਦੀ ਹੈ ਜੋ ਪ੍ਰਹਮੰਡ ਹੈ ਸੋ ਹੀ ਪਿੰਡ ਹੈ ਜੋ ਖੋਜ ਹੈ ਸੋ ਭਾਵ ਹੈ ਉਹਨੇ ਖੋਜ ਕੀਤੀ ਹੈ ਮਿਹਨਤ ਕੀਤੀ ਹੈ ਗਈ ਆ ਉੱਥੇ ਪਰ ਉਹ ਮਹਾਰਾਜ ਨੇ ਕੋਈ ਹੁਕਮ ਸੀ ਕਾ ਉਹ ਬਚਨ ਹੋ ਗਿਆ ਤੇ ਲੋਕਾਂ ਨੇ ਮੁਖਾਲ ਕਰ ਲਿਆ ਉਹ ਤੁਸੀਂ ਤਾਂ ਇੱਕ ਪੈਰ ਨਹੀਂ ਉੱਥੇ ਧਰਿਆ ਰੱਖਿਆ ਉਸ ਰਸਤੇ ਜਿਹੜੇ ਬੀਬੀ ਜਾ ਕੇ ਆਈ ਹੈ ਇਹ ਛੋਟਾ ਜਿਹਾ ਕੰਮ ਥੋੜਾ ਜਿਹਾ ਪੋਚੋ ਨਰੂਆਂ ਨੂੰ ਜਿਹੜੀਆਂ ਜੁੜਦੀਆਂ ਬਹਿਣੀਆਂ ਜਾ ਕੇ ਸੱਚਖੰਡ ਵਸੰਦਰੰਗਕਾਰ ਵਾਲੀ ਗੱਲਾਂ ਕਰਦੀਆਂ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲਗਮ ਜੈਸੇ ਲਹਿਰ ਮੈਂ ਉਦੋਂ ਤੇ ਜਲ ਕੇ ਬਲ ਜਲ ਮਾਹੀ ਮਾਦਵੇ ਕਿਆ ਕਹੀ ਹੈ ਭਰਮ ਐਸਾ ਜੈਸਾ ਮੰਨੀਆਂ ਹੋਏ ਨਾ ਤੇ ਨਰਪਤਿ ਇੱਕ ਸਿੰਘਾਸਣ ਸੋਇਆ ਸੁਪਨੇ ਪਿਆ ਪਰ ਆਰੀ ਅਛਤਰਾਜ ਬਿਸ਼ਰਤ ਲਾਗਾ ਸੋਗਤ ਪਈ ਹੈ ਮਾਰੇ ਅਸਾਨੂੰ ਮਾਰਾਇਨੇ ਬਣਾਇਆ ਕੁਛ ਹੋਰ ਸੀ ਆਪਣੀ ਅੰਸ਼ ਬਣਾ ਕੇ ਵੇਚਿਆ ਕਹੋ ਕ ਵੀਰੇ ਨਾਮ ਕੀ ਅੰਸ਼ ਅਸੀਂ ਕਿਹਾ ਸੀਨੇ ਹੋ ਫਲਾਣਾ ਬੰਦਾ ਅਸੀਂ ਉਹਦੇ ਥੱਲੇ ਲੱਗ ਗਏ ਉਹ ਫਲਾਣਾ ਵੱਡਾ ਲੀਡਰ ਹੈ ਅਸੀਂ ਉਹਦੀ ਇਨ ਮੰਨ ਲਈ ਤੋਂ ਨੂੰ ਰਾਜਾ ਤੁਨੂੰ ਗੁਰੂ ਘਰ ਵਿੱਚ ਮਾਰਾ ਨੇ ਬਣਾਇਆ ਸੀਗਾ ਖਾਲਸਾ ਸਾਜਿਆ ਸੀ ਕਾਦੇ ਵਾਸਤੇ ਜਪਲਾ ਖਾਲਸਾ ਰਹੇ ਨਿਆਰੋ ਤਬ ਲਗਤੇ ਦਿਓ ਮੈਸਾਰੋ ਜਾਵੇ ਕਹ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪਰਦੇਸ ਵਿਪਰਨ ਜਦੋਂ ਇਹ ਛੋਟੀਆਂ ਗੱਲਾਂ ਚਲ ਜ ਗਿਆ ਪ੍ਰਧਾਨ ਜੀ ਪ੍ਰਧਾਨ ਜੀ ਮਰੇ ਹੋਣ ਲੱਗ ਗਏ ਕਈ ਵੱਡੇ ਪ੍ਰਧਾਨ ਜੀ ਦੀ ਆ ਹੋ ਗਈ ਛੋਟੇ ਬਾਬਾ ਜੀ ਵੱਡੇ ਬਾਬਾ ਜੀ ਚੱਕਰਾਂ 'ਚ ਪੈ ਗਿਆ ਉਹ ਤੈਨੂੰ ਬਣਾਇਆ ਸੀ ਸਾਰਾ ਕੁਝ ਪਖੰਡਿਆ ਤੈਨੂੰ ਸਾਰਾ ਕੁਝ ਦਿੱਤਾ ਸੀ ਮਹਾਰਾਜ ਨੇ ਜੇ ਤੂੰ ਪਖੰਡ ਵੀ ਕਰਦਾ ਨਾ ਤੈਨੂੰ ਤਾਂ ਵੀ ਪਚਾ ਲੈਣਾ ਸੀ ਤੂੰ ਤਾਂ ਪਖੰਡ ਵੀ ਛੱਡਦਾ ਤੂੰ ਤਾਂ ਨੁਕਤਾ ਜਿਨੀ ਵਾਲੇ ਪਾਸੇ ਚੱਲ ਪਿਆ ਇੱਥੋਂ ਤੱਕ ਗੁਰਬਾਣੀ ਆਉਂਦੀ ਹੈ ਮਹਾਰਾਜ ਕਹਿੰਦੇ ਆ ਨਿਰਪਕ ਨੇ ਆਕੇ ਕਾਰਨੇ ਭੈ ਆਪ ਇੱਕ ਤਾਰੀ ਕਾਮਰਾਤੀ ਸਵਾਰਤੇ ਬਾਕੀ ਪੈਸੇ ਬਾਰੇ ਹੁਣ ਕਹਿਣਗੇ ਇਹਦੀ ਹੁਣ ਇੱਕ ਸਟੋਰੀ ਬਣਾ ਕੇ ਲਈ ਹੋਈ ਹੈ ਲੋਕਾਂ ਤੋਂ ਹਿੰਦੂਆਂ ਤੋਂ ਲੈ ਲਈ ਹੈ ਜੀ ਹਿੰਦੂ ਮਤ ਦੀ ਗੱਲਾਂ ਕਰਨ ਲੱਗੇ ਪੜ੍ਹ ਲਓ ਫਿਰ ਤੁਸੀਂ ਆਪ ਵਿਚਾਰ ਲਓ ਇਹਦਾ ਮਤਲਬ ਕੀ ਹੈ ਜੇ ਇਹ ਉਹ ਇਤਿਹਾਸ ਹੈ ਉਹਨਾਂ ਦਾ ਲਿਖਿਆ ਹੋਇਆ ਵਿੱਚ ਆਉਂਦਾ ਹੈ ਉਹਦੇ ਬਾਰੇ ਪ੍ਰਮਾਣ ਦੱਤਾ ਹੈ ਨਾ ਫਿਰ ਉਹ ਤਾਂ ਸਾਨੂੰ ਇੱਕ ਵਾਰ ਤਾਂ ਕਹਿਣਾ ਹੀ ਪੈਣਾ ਦੱਸਣਾ ਪੈਣਾ ਕਿ ਨਿਰਪਕਰਣਿਆਂ ਦੇ ਕਾਰਨ ਇਹ ਆਪੇ ਇੱਕ ਧਾਰੀ ਕਾਮ ਰਤੀ ਸੁਵਾਰਤੀ ਵਾਕੀ ਪੈਜ ਸਵਾਰੇ ਅਸਾਂ ਚਣੌਦ ਦੇ ਹੁੰਦੇ ਸੀਗੇ ਸੇਵੜੇ ਵਾਲੇ ਸਾਹ ਵਾਲੇ ਸ਼ਾਇਦ ਮੁਹਾਲੀ ਲੱਗੇ ਸੀ ਦਵਾਨ ਇੱਕ ਵਾਰੀ ਉਹ ਕਹਿੰਦੇ ਕੋਈ ਰਾਜਾ ਸੀ ਤੇ ਉਹਨੇ ਆਪਣੀ ਕੰਨਿਆ ਦਾ ਜਿਹੜਾ দান ਕਰਨਾ ਸੀ ਸਵੈਂਬਰ ਰਚ ਲਿਆ ਸਵੈਂਬਰ ਰਚਿਆ ਉਹ ਕਹਿੰਦੀ ਉਹ ਤੇ ਨਾਲ ਵਿਆਹ ਕਰਾਉਣਾ ਜਿਹੜਾ ਮੇਰੇ ਗੁਰੂ ਘਰਵਾਨ ਦੇ ਹੋਵੇ ਗੁਰੂ ਘਰਵਾਨ ਜਿਹੜਾ ਉਹ ਆਪਣੇ ਕੋਡ ਨੂੰ ਘਟੋਲੇ ਤੇ ਚੜਕੇ ਮੇਰੇ ਘਰੇ ਆਵੇ ਤੇ ਮੈਂ ਤਾਂ ਉਹਨੂੰ ਮੰਨੂਗੀ ਉਹ ਮੇਰਾ પતિ ਹੋ ਉਹ ਕੋਈ ਮਿਸਤਰੀ ਸਿੰਘ ਸੀਗਾ ਤੇ ਉਹਦੇ ਮਨ ਚ ਲਾਲਚ ਆਇਆ ਵੀ ਗੁਰੂੜ ਤਾਂ ਮੈਂ ਵੀ ਉਹਨਾਂ ਲੋਕਾਂ ਨੂੰ ਆਰਡਰ ਨਿਖੋਲਾ ਜਿਵੇਂ ਜਹਾਜ ਜਾਂਦੇ ਆ ਏਅਰਕ੍ਰਾਫਟ ਛੋਟਾ ਜਾਂ ਤੇ ਉਹ ਕਿਸ ਤਨੇ ਕੀ ਪੁਰਾਣੇ ਜਮਾਨੇ ਦੀ ਗੱਲ ਹੈ ਤੇ ਉਹ ਬੜਾ ਤਕੜਾ ਮਿਸਤਰੀ ਸੀ ਉਹਨੇ ਬਣਾ ਲਿਆ ਬਣਾ ਕੇ ਉਸ ਤਰ੍ਹਾਂ ਦੇ ਭਗਵਾਨ ਵਰਗੇ ਕੱਪੜੇ ਪਾ ਲੇ ਜਾ ਕੇ ਬੈਠ ਗਿਆ ਉਹਦੇ ਮੰਦਿਰ ਦੇ ਉਤਰ ਗਿਆ ਉਹਨੂੰ ਸੱਚੀ ਹੋ ਗਿਆ ਵੀ ਹਾਂ ਜਿਹੜਾ ਆ ਗਿਆ ਭਗਵਾਨ ਆ ਗਿਆ ਗੁਰੂੜ ਪ੍ਰਭੂਾਨ ਆਪ ਆ ਗਿਆ ਮੇਰੇ ਤਾਂ ਚੜ੍ਹ ਕੇ ਤੇ ਉਹ ਡੋਕਟਰ ਲੱਥੇ ਉਹਨੇ ਉਹਨੂੰ ਆਪਣਾ ਪਤੀ ਮੰਨ ਲਿਆ ਹੁਣ ਪਤੀ ਮੰਨ ਲਿਆ ਤਾਂ ਰਾਜੇ ਨੇ ਵਿਆਹ ਕਰ ਲਿਆ ਉਹਦਾ ਸਭ ਕੁਝ ਹੋ ਗਿਆ ਸਵੰਬਰ ਰਾਜ ਲਿਆ ਬੜੇ ਦੁਨੀਆ ਦੂਰੋਂ ਦੂਰੋਂ ਆਏ ਉਹ ਕਹਿੰਦੇ ਫਿਰ ਬਾਅਦ ਦੇ ਵਿੱਚ ਕੀ ਹੁੰਦਾ ਮੈਨੂੰ ਪੂਰੀ ਤਰ੍ਹਾਂ ਇਹ ਕਹਾਣੀ ਨਹੀਂ ਆਉਂਦੀ ਪਰ ਜਿੰਨੀ ਆਉਂਦੀ ਹੈ ਸੋਜੀ ਮਹਾਰਾਜ ਬਖਸ਼ੀ ਹੈ ਉਹ ਕਹਿੰਦੇ ਉਸ ਰਾਜ ਦੀ ਜਿਹੜੀ ਹੈ ਦੂਜੇ ਨਾਲ ਦੇ ਗਵੰਢੀ ਰਾਜ ਨਾਲ ਲੜਾਈ ਹੋ ਜਾਂਦੀ ਹੈ ਹਣ ਫੌਜਾਂ ਦੀ ਲੋਡ ਪੈਣੀ ਹੈ ਤੇ ਉਹਨੂੰ ਪੂਰਾ ਵਿਸ਼ਵਾਸ ਸੀ ਕਿ ਮੇਰਾ ਤਾਂ ਜਿਹੜਾ ਭਗਵਾਨ ਹੈ ਰਾਖਾ ਸਾਨੂੰ ਕਦਾ ਡਰਾਂ ਹੈ ਆਪੇ ਉਹ ਰੱਖਿਆ ਕਰੂਗਾ ਹੁਣ ਉਹ ਵਿਚਾਰਾ ਜਿਹੜਾ ਪਤੀ ਸੀਗਾ ਉਹ ਤਾਂ ਵੈਸੇ ਬਣਿਆ ਸੀ ਬਿਨੋਟੀ ਸਿਰਫ ਕਾਮ ਦੇ ਪਿੱਛੇ ਬਸ ਵਿੱਚ ਆ ਕੇ ਉਹਨੇ ਇੱਕ ਵਿਆਹ ਕਰ ਲਿਆ ਚਲੋ ਹੁਣ ਤਾਂ ਪਤੀ ਹੈ ਰਾਜੇ ਦਾ ਉਹ ਜੁਆਈ ਹੈ ਉਹ ਪਤਨੀ ਕਹਿੰਦੀ ਵੀ ਹਾਂ ਦੱਸੋ ਵੀ ਸਾਡੇ ਤਾਂ ਰਾਜੇ ਜੀ ਨੇ ਚੜ੍ਹਾਈ ਕਰਤੀ ਐ ਆਪਣੇ ਭਗਵਾਨ ਨੂੰ ਵੀ ਮਿੰਤਾ ਕਰਦੀ ਐ ਵੀ ਤੂੰ ਇਹਦਾ ਆਵਾ ਕਰੋ ਉਹਨੇ ਜਿਉਂ ਕਰਿਆ ਵੀ ਐਦਾਂ ਕਰ ਲੈਨੇ ਤੋਪਾ ਬਣਾਤੀਆਂ ਐਸੀ ਕਾਰੀਗਰ ਸੀ ਤੋਪਾ ਬਣਾ ਬਣਾ ਕੇ ਲਾਤੀਆਂ ਪਲੇਰਿਆਂ ਦੇ ਤੇ ਪਰ ਅੰਦਰੋਂ ਡਰ ਰਿਹਾ ਵੀ ਇਹ ਤਾਂ ਲੱਕੜ ਦੀਆਂ ਇਹ ਤਾਂ ਚੱਲਣੀਆਂ ਨਹੀਂ ਹੈਗੇ ਨਾ ਚ ਕੁਛ ਐ ਨਹੀਂ ਹੈਗਾ ਪਰ ਹਾਰ ਹੋ ਜਾਣੀ ਆ ਫੇਰ ਪਾ ਜੰਦਾ ਚਰਨੀ ਨਾ ਦੱਸਦਾ ਰਾਜੇ ਨੂੰ ਇਨਾ ਘਰ ਲਈਂ ਦੱਸਦਾ ਤੇ ਮਿੰਤਾ ਕਰਦਾ ਹੈ ਭਗਵਾਨ ਮੈਂ ਤੇਰਾ ਭੇਖ ਧਾਰ ਲਿਆ ਸਿਰਫ ਆਪਣੇ ਕਾਮ ਦੇ ਵਾਸਤੇ ਹੁਣ ਤੂੰ ਮੇਰੀ ਰਖਿਆ ਕਰ ਦੇ ਲੱਜਾ ਰੱਖ ਲੈ ਤੇਰੇ ਨਹੀਂ ਤਾਂ ਨਾਮ ਨੂੰ ਲੱਜਾ ਰਗ ਲੈਣੀ ਆ ਮੈਂ ਤਾਂ ਆਪਣੇ ਕਾਮ ਰੱਤੀ ਸੀਗਾ ਕਮਾਸ ਵਰਤੀ ਸੀ ਮੇਰਾ ਤਾਂ ਜੋ ਹੋਣਾ ਹੋਣਾ ਏ ਹੁਣ ਇਹ ਰਾਜੇ ਦਾ ਜੋ ਨੁਕਸਾਨ ਹੋ ਗਿਆ ਉਹ ਤੇਰੇ ਤੋਂ ਵਿਸ਼ਵਾਸ ਉੜ ਜਾਣਾ ਮਹਾਰਾਜ ਦੀ ਲੀਲਾ ਹੋਈ ਇਹ ਰਾਜੇ ਨੂੰ ਕਹਿੰਦਾ ਵੀ ਤੁਸੀਂ ਉਹਨਾਂ ਨੂੰ ਟੋੜ ਟੋੜੇ ਵਾਲੀ ਗੁੱਤ ਮਤੂ ਕਹਿੰਦੇ ਸੀਗੇ ਮਿਆਂ ਟੋੜਾ ਦੇ ਜਿਵੇਂ ਪਾਓ ਥੋੜਾ ਜਿਹਾ ਅੱਗ ਪਾ ਕੇ ਛੱਡੀ ਜਾਓ ਉਹ ਜਦੋਂ ਲੱਗੀਆਂ توپਾਂ ਚੱਲਣ ਸੱਚੀ ਚੱਲ ਪਈਆਂ ਤੇ ਭੱਜ ਗਏ ਤੁਚੇ ਸੀਗੇ ਸਫਾਈ ਮਾਰੇ ਗਏ ਕੁਛ ਬੜੇ ਸ਼ਾਬਾਸ਼ ਹੋ ਰਹੀ ਹੈ ਵੀ ਹਾਂ ਵੀ ਜਿੱਤ ਗਿਆ ਹੈ ਭਗਵਾਨ ਦੀ ਕਿਰਪਾ ਹੋ ਗਈ ਬੜੀ ਫੇਰ ਕੰਨਾ ਨੂੰ ਹੱਥ ਲਾ ਲੈ ਮਹਾਰਾਜ ਅੱਗੇ ਵਾਸਤੇ ਨਹੀਂ ਅਜਿਹੇ ਕੰਮ ਕਰੂੰਗਾ ਲੋਕਾਂ ਨੂੰ ਵੀ ਕਹਿਣਾ ਦੇਖੋ ਉਪਰ ਆਪਤੀ ਕਰਵਾ ਦੰਨਾ ਤੇ ਲੱਜਾ ਵੀ ਰੱਖ ਦੰਨਾ ਫੇਰ ਉਥੇ ਸ਼ਬਦ ਜਿਹੜਾ ਉਚਾਰਿਆ ਮਹਾਰਾਜ ਦੇ ਵਿੱਚ ਨਿਰਪਕਨਿਆ ਕੇ ਕਰਨੇ ਫੇਆਪੇ ਇਕ ਤਾਰੀ ਕਾ ਮਰਤੀ ਸਵਾਰਤੀ ਵਾਂਗ ਹੀ ਪੈ ਯਸਵਾਰੀ ਮਹਾਰਾਜ ਤੇ ਉਹਦੀ ਵੀ ਸੁਰੱਖਿਆ ਆਪ ਆ ਕੇ ਉਸ ਇੱਕ ਬਨੋਟੀ ਬੰਦੇ ਦੀ ਵੀ ਕਰ ਲਈ ਸੀ ਰੱਖਿਆ ਜਿਵੇਂ ਦਿਲੋਂ ਕਰੀਏ ਨਾ ਮੁਹੱਬਤ ਦਿਲੋਂ ਮੁਹੱਬਤ ਜਿਨసే ਸੱਚਿਆਂ ਜਿਨ ਮਨ ਹੋਰ ਮੁਖ ਹੋਰ ਸਿਕਾਡੇ ਕੱਚਿਆਂ ਗੁਰੂ ਮਾਝ ਕਿਰਪਾ ਤਾਂ ਹੀ ਕਰਦੇ ਆ ਜੇ ਸੱਚੇ ਹੋਵਾਂਗੇ ਸੱਚੇ ਯਾਰ ਸਿੱਖ ਬੈਠੇ ਸਤ ਗੁਰ ਪਾਸ ਕੋੜੇ ਯਾਰ ਕੋੜੇ ਯਾਰੀ ਜਾਇ ਰਲੇ ਤੁਸੀਂ ਆਪ ਦੇਖਣਾ ਭਾਈ ਸੱਚਿਆਂ ਦੇ ਨਾਲ ਜਾਰੀ ਨਭਾਉਣੀ ਹੈ ਕਿ ਝੂਠਿਆਂ ਦੇ ਨਾਲ ਇਹ ਤਰਕ ਬਕਤਰ ਕਾਨ ਦੇ ਨਾਲ ਐਂ ਤਾਂ ਕੱਲ ਨੂੰ ਤੁਹਾਡੇ ਬਹੁਤ ਕੁਝ ਹੁੰਦਾ ਫੇਰ ਕਹਿਣਗੇ ਜੀ ਪੱਟਾਂ ਦੀ ਪਾਣੀ ਦੇ ਵਿੱਚ ਆਉਂਦਾ ਕੋਬਲ ਨੈਣ ਮਧੁਰ ਬੈਣ ਕੋਟ ਸੈਣ ਸੰਗ ਸੋ ਕਹਿਤ ਮਾਂ ਜਸ਼ੋਤ ਜਿਸੈ ਦਹੀਂ ਭਾਂਤ ਖਾਏ ਜਿਓ ਵਾਹਿਗੁਰੂ 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 ਵਾਹਿ ਜੀਓ ਉਸ ਫਿਰ ਜਿਹੜੀ ਹੈ ਕ੍ਰਿਸ਼ਨ ਭਗਵਾਨ ਦੇ ਸਾਹਮਣੇ ਆ ਰਹੀ ਹੈ ਮੋਟੇ-ਮੋਟੇ ਨੈਣ ਕਮਲ ਨੈਣ ਮਧੁਰ ਭੈਣ ਮਿੱਠੇ-ਮਿੱਠੇ ਬੋਲ ਕੋਟ ਸੈਣ ਸੰਗ ਸੋ ਕਹਿ ਤਮ ਜਸ਼ੋਦ ਜਸ਼ੋਦਾ ਮਾਤਾ ਨਾ ਹੁਣ ਫਿਰ ਤੁਸੀਂ ਕਹੋਗੇ ਆ ਵੀ ਕੱਢੋ ਫਿਰ ਆਉਂਦੇ ਆ ਬਿੰਦਰਾ ਬੰਵੇਂ ਜ ਰੰਗ ਕੀ ਆ ਭਾਰਜਾਤ ਲੈ ਗੋਪੀ ਲੈ ਇਹ 차ਤ ਸੰਦ ਸਮਝਿਆ ਕਰੋ ਜਿਹੜੇ ਲੋਕੀ ਤੁਹਾਡੇ ਤਰਕਾਂ ਬਤਰਕਾਂ ਕਰਦੇ ਆ ਕਿੱਥੇ ਅੱਖ ਰੱਖੀ ਬੈਠੇ ਆ ਅਸੀਂ ਪਾਗਲ ਨਾ ਬਣੀਏ ਗੁਰੂ ਨਾਲ ਜੜੀਏ ਗੁਰੂ ਬਹੁਤ ਵੱਡਾ ਸਮਰਾਤ ਹੈ ਉਹ ਯੇ ਨਹੀਂ ਮਾਰਿਆ ਨਹੀਂ ਕਿਹਾ ਗੁਰੂ ਗੋਬਿੰਦ ਦੋ ਉ ਖੜੇ ਕਾਕੇ ਲਾਗੂ ਪਾਏ ਬਲੇਹਾਰੀ ਗੁਰੇ ਆਪਣੇ ਜਿਨ ਗੋਬਿੰਦ ਦੀਓ ਦਿਖਾਏ ਹਮਾਰਾ ਇੱਕ ਗੁਰੂ ਕਹਿੰਦੇ ਆ ਵੀ ਗੁਰੂ ਪ੍ਰਮਾਤਮਾ ਤੇ ਗੁਰੂ ਸਾਹਮਣੇ ਖੜਿਆ ਹ ਹੁਣ ਜਿਹੜਾ ਭਗਤ ਹੈ ਉਹ ਕਹਿੰਦਾ ਕਿਤੇ ਪੈਰਾਂ ਤੇ ਕਿਤੇ ਚਰਨਾਂ ਤੇ ਲੱਗਾਂ ਮੈਂ ਪਹਿਲਾਂ ਐਨੀ ਪਾਵਰ ਹੈ ਗੁਰੂ ਸਾਹਿਬ ਦੀ ਇਹ ਕਹਿੰਦਾ ਬਲੇਹਾਰੀ ਗੁਰੇ ਆਪਣੇ ਇਹਨ ਗੋਵਿੰਦ ਦੇ ਉਹਦਾ ਖਾਇ ਪਹਿਲੇ ਮੈਂ ਉਹਦੇ ਚਰਨਾ ਚ ਮੱਥਾ ਟੇਕੂੰਗਾ ਜਿਹਨੇ ਮੈਨੂੰ ਗੋਬਿੰਦ ਦੇ ਨਾਲ ਮਿਲਾ ਦਿੱਤਾ ਗੋਬਿੰਦ ਦੇ ਮੁਕੰਦੇ ਹਦਾਰੇ ਆ ਭਾਰੇ ਹਰੀ ਅੰਕਰੇ ਨਿਰਨਾਮੇ ਆ ਗਾਮੇ ਵਾਹ ਰੁਆਹ ਪਰਮਸੀ ਪੈ ਆਪ ਵਾਲੇ ਹੋਏ ਆ ਅੰਦਰੋਂ ਕੋਈ ਦੂਸਰਾ ਨਹੀਂ ਕੋਈ ਦੁਸ਼ਮਣ ਨਹੀਂ ਬੜਾ ਆਨੰਦ ਆਉਂਦਾ ਸਾਰੇ ਕੋਈ ਹੈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਕੋਈ ਨੂੰ ਰਾਦੇ ਰਾਦੇ ਕਹਿ ਰਿਹਾ ਕੋਈ ਵਾਹਿਗੁਰੂ ਕਹਿ ਰਿਹਾ ਕੋਈ ਅੱਲਾਹ ਕਹਿ ਰਿਹਾ ਕੋਈ ਰਹੀਮ ਕਹਿ ਰਿਹਾ ਕੋਈ ਰਾਮ ਰਾਮ ਕਹਿ ਰਿਹਾ ਕ੍ਰਿਸਚੀਅਨ ਗੋਡ ਕਹੀ ਜਾਂਦੇ ਆ ਜੀਸਸ ਕਹੀ ਜਾਂਦੇ ਆ ਜਦੋਂ ਸੁਪਰਨੈਚੁਰਲ ਪਾਵਰ ਜਿਹੜੀ ਹੈ ਇੱਕੋ ਹੀ ਹੈ ਸ਼ਕਤੀ ਕੋਈ ਹੈ ਸਾਰੇ ਪਾਸੇ ਉਹ ਦੋ ਨਹੀਂ ਹੈਗੀਆਂ ਦੋਪਹਿਰ ਕਿਤੇ ਫਿਰ ਦੁਬੈਸ਼ ਹੋ ਗਈ ਇੱਕ ਕੋ ਸਿਮਰੋ ਨਾਨਕਾ ਜੋ ਜਲ ਤਲ ਰਿਹਾ ਸਮਾਇ ਦੂਜਾ ਕਹੇ ਸਿਮਰੀ ਹੈ ਜੋ ਮਰ ਜੰਮੇ ਤੇ ਮਰ ਜਾਏ ਸਿਮਰਨ ਕਰਨਾ ਯਾਦ ਸਿਮਰਨ ਦਾ ਮਤਲਬ ਹੈ ਕਿ ਉਹਨੂੰ ਯਾਦ ਰੱਖਣਾ ਚੇਤੇ ਚ ਰੱਖਣਾ ਕੋਦੋਂ ਚੇਤੇ ਚ ਰੱਖਣਾ ਊਟਤ ਬੈਠਤ ਸੋਵਤ ਨਾਮ ਕੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹ ਬਾ ਤਿਨ ਰਾਹ ਪ੍ਰਭ ਪਨੇ ਜਨ ਕੀ ਨੀਂਦਾਂ ਕਰੈ भगत ਆਤਮ ਕੈ ਚਾਏ ਪ੍ਰਭ ਪਨੇ ਸਿਉ ਰਹਿ ਆ ਸਮਾਏ ਜੋ ਆਹੂ ਬਚ ਖਾਨ ਪ੍ਰਭ ਪਨੇ ਕਾ ਹੁਕਮ ਪਹਿਚਾਨੇ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ ਤਸਮੇ ਪਾਵੈ ਸੋ ਕਰੇ ਮਨ ਚਿੰਦਿਆ ਸੋ ਫਲ ਪਾਇਸੀ ਤੰਦਰ ਕੇ ਪੰਦਾ ਜੈਸੀ ਨਾਮ ਸਿਮਰਨਾ ਨਹੀਂ ਨਾਮ ਚੱਲ ਰਿਹਾ ਆ ਲਾ ਜੁੜ ਗਈ ਸੁਰਤ بس ਤੁਹਾਡੀਆਂ ਜਿਹੜੀਆਂ ਇੰਦਰੀਂ ਅੰਦਰੋਂ ਹੀ ਮਤਲਬ ਕਿ ਅੰਦਰੋਂ ਹੀ ਮਹਾਰਾ ਕਿਰਪਾ ਕਰੀ ਜਾਂਦਾ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੇ ਸਾਧ ਸੰਗਤ ਨੂੰ ਤਾਂ ਜੀ ਨੀਅਤੋਂ ਬਚੋ ਨਾਮ ਜਪੋ ਸਮਾਂ ਭਿਆਨਕ ਸੰਤ ਮਹਾਂਪੁਰਖ ਸਾਰੇ ਕਹਿ ਰਹੇ ਹੈ ਮੈਂ ਨਹੀਂ ਕਹਿ ਰਿਹਾ ੜਿਸ਼ੀ ਧਿਰੂਆਂ ਕੋ ਵੀ ਕਹਿ ਰਹੀਆਂ ਤਰ ਜੋ ਜੇ ਤਰ ਹੁੰਦਾ ਨਹੀਂ ਤਾਂ ਫਿਰ ਆਪ ਪਛਤਾਏ ਹੋ ਤਕਿਆ ਜਦ ਚਿੜੀਆਂ ਚੁੱਕੀ ਖੇਤ ਹੁਣ ਮਾਰ ਐ ਨੇ ਸਵਾਸ ਵੀ ਦਿੱਤੇ ਹੋਏ ਐ ਸਰੀਰ ਵੀ ਦਿੱਤੇ ਹੋਏ ਐ ਸੋਨੇ ਘਰ ਵੀ ਐ ਕਾਰਾਂ ਵੀ ਐ ਕੰਮ ਕਾਰ ਵੀ ਐ ਸਾਰਾ ਕੁਛ ਆਵਾ ਦਾ ਧੰਨਵਾਦ ਕਰੀਏ ਸ਼ੁਕਰਾਨਾ ਕਰੀ ਜਾਈਏ ਜਪੀ ਜਾਓ ਜਪੋ ਤਾਂ ਇਕਲ ਏਕੋ ਨਾਮਾ ਅਵਰ ਨਿਰਾਫਲ ਕਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ